ਕਰਿਆ ਆਪਾਂ ਕਦੀ ਅੰਗਰੇਜ਼ੀ ਨਹੀਂ ਬੋਲਦੇ ਮੈਂ ਕੁਝ ਇੰਗਲਿਸ਼ 'ਚ ਪੁੱਛਿਆ ਤਾਂ ਉਹ ਐਵੇਂ ਕਰਦੇ ਆ ਜਿਵੇਂ ਉਹਨਾਂ ਨੂੰ ਅੰਗਰੇਜ਼ੀ ਆਂਦੀ ਨਹੀਂ ਕੀ ਬਾਤ ਹੈ ਆ ਤਾਂ ਕਮਾਲ ਹੈ ਮੈਂ ਉਹਨਾਂ ਨੂੰ ਕੋਈ ਸਵਾਲ ਪੁੱਛਦੀ ਸੀ ਵੀ ਵੇਅਰ ਇਜ਼ ਥਿਸ ਕਹਿੰਗੇ ਹੈ ਮੈਨੂੰ ਸਮਝ ਨਹੀਂ ਆਇਆ ਤੇ ਮੈਂ ਸੋਚਦੀ ਸੀ ਵੀ ਹੁਣੇ ਫੋਨ ਤੇ ਤੁਸੀਂ ਇੰਨੇ ਵੱਡੇ ਵੱਡੇ ਇੰਗਲਿਸ਼ ਦੇ ਲਫ਼ਜ਼ ਆਪਣੇ ਕੰਮ ਵਾਲਿਆਂ ਨਾਲ ਵਰਤ ਰਹੇ ਸੀ ਤੇ ਹੁਣ ਮੈਂ ਕੋਈ ਐਵੇਂ ਸਿੰਪਲ ਜਿਹਾ ਸਵਾਲ ਪੁੱਛਿਆ ਤੇ ਤੁਸੀਂ ਜਵਾਬ ਨਹੀਂ ਦਿਓਗੇ ਬਡੋਈਓ ਉਮਰ ਦੇ ਨਾਲ ਮੈਨੂੰ ਇਸ ਗੱਲ ਦਾ ਬੜਾ ਮਤਲਬ ਸ਼ੁਕਰਾਨਾ ਹੈ ਕਿ ਉਹਨਾਂ ਨੇ ਮੈਨੂੰ ਪੰਜਾਬੀ ਸਿਖਾਈ वैसे हमे नहीं हैगा अभी कोई अपने बच्चों नु सिखांदा नहीं उथे काफी जोर हैगा अभी बच्चे इतिहास बारे सिखण, ਵਿਰਸਾ बारे सिखण ਪੰਜਾਬ ਤੋਂ ਤਾਂ ਐਕਚੁਅਲੀ ਜ਼ਿਆਦਾ ਜ਼ੋਰ ਹੈਗਾ ਇੱਥੇ ਤਾਂ ਕਿਸੇ ਨੂੰ ਮੈਂ ਦੇਖਿਆ ਸੱਚੀ ਕੁਝ ਪਤਾ ਹੀ ਨਹੀਂ ਆਪਣੇ ਇਤਿਹਾਸ ਸੇ, ਕਿ ਇਤਿਹਾਸ ਬਾਰੇ। ਹਿੰਦੂਆ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਸੀ ਇੱਕ ਵਾਰ ਪੰਜਾਬ ਦੇ ਵਿੱਚ ਜਦੋਂ ਪੰਜਾਬ ਬਣਿਆ। ਹਰਿਆਣਾ ਤੋਂ ਪੰਜਾਬ ਵੱਖ ਹੋਇਆ, ਹਰਿਆਣਾ ਪੰਜਾਬ ਤੋਂ ਵੱਖ ਹੋਇਆ 1966 ਦੇ ਵਿੱਚ। ਪਰ ਅੱਜ ਦੇ ਸਮੇਂ ਵਿੱਚ ਨਾ ਮੇਰਾ ਤਜਰਬਾ ਹੈ ਤੇ ਜੇ ਕੋਈ ਇਸ ਨੂੰ ਕਹਿੰਦਾ ਹੋਵੇ ਗਲਤ ਹੈ ਮੈਂ ਉਹਨੂੰ ਦਿਖਾ ਵੀ ਸਕਦਾ। ਅੱਜ ਪੰਜਾਬ ਦੇ ਵਿੱਚ ਨਾ ਸਿੱਖ ਸਰਦਾਰਾਂ ਦੇ ਸਕੂਲਾਂ 'ਚ ਪੰਜਾਬੀ ਬੋਲਣ ਤੇ ਪਾਬੰਦੀ ਹੈ। ਪੰਜਾਬ ਦਾ ਹੁਣ ਇੰਨੀਆਂ ਭੇਡਾਂ ਫਿਰਦੀਆਂ ਮੇਰਾ ਰੋਜ਼ ਨਾ ਕਿੰਨੀਆਂ ਭੇਡਾਂ ਨਾਲ ਬਾਹ ਪੈਂਦਾ। ਕਹਿੰਦੇ ਤੂੰ ਕਹਿੰਦਾ ਅੰਗਰੇਜ਼ੀ ਦੇ ਖਿਲਾਫ ਮੈਂ ਕਿਹਾ ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ ਨਾ ਮੈਂ ਕਿਸੇ ਬੋਲੀ ਦੇ ਖਿਲਾਫ ਹਾਂ ਮੈਂ ਤਾਂ ਇਸ ਗੱਲ ਦੇ ਖਿਲਾਫ ਆ ਵੀ ਤੇਰੇ ਘਰ ਦੇ ਵਿੱਚ ਤੇਰੇ ਬਿਨਿਆਣੇ ਤੇਰੀ ਬੋਲੀ ਕਿਉਂ ਨਹੀਂ ਬੋਲਦੇ। ਮੇਰਾ ਬੜਾ ਮਨ ਸੀ ਵੀ ਮੈਂ ਆ ਕੇ ਦੋ ਤਿੰਨ ਮਹੀਨੇ ਇੱਥੇ ਰਵਾਂ ਇੱਥੇ ਬੋਲੀ ਆਪਣੀ ਸੁਧਾਰਾਂ ਪੜਨਾ ਲਿਖਣਾ ਥੋੜਾ ਹੋਰ ਇੰਪਣਾ ਬੈਟਰ ਕਰਾਂ। ਪੰਜਾਬ ਦੇ ਵਿੱਚ ਆ ਕੇ ਕਿਵੇਂ ਲੱਗਿਆ ਕੀ ਸੋਚ ਕੇ ਆਏ ਵੀ ਪੰਜਾਬ ਚ ਮੈਂ ਆ ਚੀਜ਼ ਦੇਖਾਂਗਾ ਐਦਾਂ ਦਾ ਪੰਜਾਬ ਹੈ کافی ਵੱਖਰਾ ਰਿਹਾ ਮੈਨੂੰ ਹੁਣ ਇੱਥੇ ਸਵਾ ਕੁ ਮਹੀਨਾ ਹੋਇਆ ਹੈ ਤੇ ਮਤਲਬ ਮੈਨੂੰ ਲੱਗਿਆ ਵੀ ਇੱਥੇ ਆ ਕੇ ਮੈਨੂੰ ਪੂਰੀ ਠੇੜ ਪੰਜਾਬੀ ਬੋਲਣ ਦਾ ਮੌਕਾ ਮਿਲੇਗਾ ਉਵੇਂ ਨਹੀਂ ਰਿਹਾ ਇਹੋ ਤਾਂ ਚਿੰਤਾ ਹੈਗੀ ਅਗਰ ਇੱਥੇ ਨਹੀਂ ਕੋਈ ਰਿਹਾ ਤਾਂ ਫਿਰ ਪੰਜਾਬੀ ਕੌਣ ਬੋਲੇਗਾ ਪੰਜਾਬੀ ਨਹੀਂ ਬੋਲਾਂਗੇ ਤਾਂ ਫਿਰ ਬਾਸ਼ਾ ਖਤਮ ਹੋ ਜਾਏਗੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮੈਂ ਲੁਧਿਆਣੇ ਚਲੀ ਗਈ ਉੱਥੇ ਸਰਦਾਰ ਸਾਹਿਬ ਦਾ ਮਾਲ ਬਹੁਤ ਵੱਡੀ ਦੁਕਾਨ ਮਾਲ ਸੀ ਜੋ ਵੀ ਉੱਥੇ ਉਹਨਾਂ ਦੇ ਬੰਦੇ ਰੱਖੇ ਹੋਏ ਕਹਿੰਦੇ ਮੇਰੀ ਗੁੱਡੀ ਮੈਨੂੰ ਪੁੱਛਦੀ ਹੈ ਕਿ ਵੀ ਪੰਜਾਬ ਕਦੋਂ ਜਾਵਾਂਗੇ ਕਹਿੰਦੇ ਮੈਂ ਕਿਹਾ ਵੀ ਪੰਜਾਬ ਚ ਆਪਾਂ ਕਹਿੰਦੇ ਇੱਥੇ ਪੰਜਾਬੀ ਦਾ ਕੋਈ ਨਹੀਂ ਬੋਲਦਾ ਕਹਿੰਦੇ ਹਿੰਦੀ ਬੋਲਦੇ ਆ ਜਦੋਂ ਤੁਸੀਂ ਦੇਖਦੇ ਹੋ ਗੋਰਾ ਕਿਤੇ ਮਰ ਜਾਂਦਾ ਬੰਦਾ ਕੋਈ ਵੀ ਜੋ ਇਹਨਾਂ ਦਾ ਇੱਕ ਰੀਤ ਹੈ ਵੇ ਉਸ ਤੋਂ ਬਾਅਦ ਉਹਦੀ ਕਬਰ ਦੇ ਉੱਤੇ ਨਾਂ ਲਿਖਦੇ ਐ ਇੰਨੀ ਤਰੀਕ ਨੂੰ ਜਨਮ ਹੋਇਆ ਇੰਨੀ ਤਰੀਕ ਨੂੰ ਇਹ ਪੂਰਾ ਹੋ ਗਿਆ ਤੇ ਅਸੀਂ ਵੀ ਤਾਂ ਉਹੀ ਲੱਗਦਾ ਮੈਨੂੰ ਕਦੇ-ਕਦੇ ਜਿਹੜੇ ਘਰ ਐ ਨਾ ਮੈਂ ਕਦੇ-ਕਦੇ ਦੇਖਦਾ ਵੀ ਇਹ ਬੰਦੇ ਨੇ ਅੰਗਰੇਜ਼ੀ ਜੀ ਨਾਂ ਲਿਖੇ ਹੋਏ ਐ ਅੰਗਰੇਜ਼ੀ ਜੀ ਸਾਰਾ ਕੁਝ ਕਰਿਆ ਹੋਇਆ ਵੀ ਪੰਜਾਬ ਹੁਣ ਗੋਰਿਆਂ ਦਾ ਕਬਰਿਸਤਾਨ ਹੀ ਬਣ ਗਿਆ ਮੈਨੂੰ ਤਾਂ ਲੱਗਦਾ ਨਹੀਂ ਤੱਕ ਮੈਂ ਦੇਖਿਆ ਸ਼ਾਇਦ ਐਵੇਂ ਨਾ ਹੋਵੇ ਮੈਂ ਸਿਰਫ ਸਵਾਮੀ ਨੇ ਵਸੇ ਰਹੀ ਆ ਮੈਂ ਪੂਰਾ ਪੰਜਾਬ ਆਬੀਸਲੀ ਦੇਖਿਆ ਨਹੀਂ ਹੈਗਾ ਬੜਾ ਇੱਥੇ ਮੈਨੂੰ ਜਿੱਥੇ ਤੱਕ ਮੈਂ ਦੇਖਿਆ ਪੜਾਈ ਵੱਲ ਥੋੜਾ ਘੱਟ ਧਿਆਨ ਹੈ ਥੋੜੇ ਆਪਣੇ ਇਤਿਹਾਸ ਆਪਣੇ ਵਿਰਸੇ ਵੱਲ ਮਾਨ ਵੀ ਘੱਟ ਹੈਗਾ ਲੈ ਵਿਦੇਸ਼ ਬਾਦ ਦੇਖ ਰੇ ਹਾਂ ਤੁਮੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਤ ਨਹੀਂ ਹੋਏ ਭਈ ਕਿ ਪੰਜਾਬੀ ਸਾਰੇ ਪੰਜਾਬੀਆਂ ਕੀ ਮਾਂ ਬੋਲੀ ਹੈ ਤੇ ਪੰਜਾਬੀ ਕਹਾں ਵੀ ਬਹੁਤ ਮੁਲਕਾਂ ਦੇ ਵਿੱਚ ਵੀ ਗਏ ਹੋਏ ਆ ਤੇ ਇਧਰਲੇ ਪੰਜਾਬ ਮਾ ਪਰਲੇ ਪੰਜਾਬ ਮਾ ਪੰਜਾਬੀਆਂ ਦੀ ਬਹੁਤ ਬੜੀ ਗਿਣਤੀ ਹੈ 14 ਕਰੋੜ ਬੰਦਾ ਕਹਾں ਵੀ ਪੰਜਾਬੀ ਬੋਲ ਰਿਹਾ ਪੂਰੀ ਦੁਨੀਆ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਪ੍ਰਵਾਸੀ ਪੰਜਾਬੀ ਆ ਉੱਥੇ ਜਿਹੜੇ ਚਲੇ ਗਏ ਉਹਨਾਂ ਦੇ ਨਿਆਣਿਆਂ ਬਹੁਤ ਸਾਰੇ ਇੰਜ ਨੇ ਉਹਨਾਂ ਨੇ ਉੱਥੇ ਜਨਮ ਲਿਆ ਉੱਥੇ ਹੀ ਪਲੇ ਬੜੇ ਹੋਏ ਤੇ ਉਹ ਜਿਹੜਾ ਹੈਗਾ ਪੰਜਾਬੀ ਗਰ ਕਿਸ ਤਰ੍ਹਾਂ ਜੁੜੇ ਹੋਏ ਆ ਔਰ ਪੰਜਾਬੀ ਦੇ ਬਾਰੇ ਮਾ ਕੀ ਸੋਚਾਂ ਔਰ ਜਦੋਂ ਪੰਜਾਬ ਦੇ ਵਿੱਚ ਆਵਾ ਆਪਣੇ ਜਨਮ ਤੇ ਕਈ ਸਾਲਾਂ ਬਾਅਦ ਬੜੇ ਹੋ ਕੇ ਤਾਂ ਉਹਨਾਂ ਕੇ ਮਨਵਾ ਕੀ ਵਿਚਾਰ ਆਵਾ ਸੋ ਐਸੀ ਇੱਕ ਬੜੀ ਦਿਲਚਸਪ ਕਹਾਣੀ ਹੈ ਅੱਜ ਮੇਰੇ ਪਾਸ ਤੁਹਾਨੂੰ ਦੱਸਣੇ ਵਾਸਤੇ ਹੈ ਇੱਕ ਗੁੱਡੀ ਆਈ ਵੀ ਹੈ ਅਮਰੀਕਾ ਤੇ ਤੇ ਉਹ ਗੁੱਡੀ ਕੇ ਕੀ ਵਿਚਾਰ ਆ ਪੰਜਾਬੀ ਓਰਾ ਬੋਲਾ ਪੰਜਾਬੀ ਕੇ ਵਿੱਚ ਕਿਤਾਬਾਂ ਵੀ ਪੜ ਰਹੀ ਹੈ ਤੇ ਜਦ ਕਿ ਮਾਰੇ ਆਪਣੇ ਨਿਆਣੇ ਓਰਾ ਤੁਹਾਨੂੰ ਪਤਾ ਹੀ ਵੀ ਹਾਈਲੀ ਇੰਟੈਲੈਕਚੁਅਲ ਹਮੇ ਕੋ ਹਾਵਾਂ ਆਪਣੇ ਆਪ ਨੂੰ ਹਿੰਦੀ ਬੋਲ ਰਿਹਾ ਕੋਈ ਅੰਗਰੇਜ਼ੀ ਬੋਲ ਰਿਹਾ ਬਸ ਚਾਰ ਅੱਖਰ ਜਿਹੜੇ ਨੂੰ ਆ ਗਏ ਉਹ ਦੱਸਣਾ ਚਾਹਵੇ ਮੈਂ ਬੜਾ ਸਿਆਣਾ ਆ ਮੈਂ ਪੰਜਾਬੀ ਨਹੀਂ ਬੋਲਦਾ ਸੋ ਮੰਨਤਕੌਰ ਤੇ ਸਾਰੀਆਂ ਬਾਤਾਂ ਸੁਣੇਗੇ ਕਿ ਮੰਨਤ कौर ਨੂੰ ਉੱਥੇ ਜਨਮ ਹੋਇਆ ਉੱਥੇ ਕਿਸ ਤਰ੍ਹਾਂ ਪੰਜਾਬ ਕੇ ਬਾਰੇ ਮੈਂ ਪੰਜਾਬੀ ਸਿੱਖੀ ਪੰਜਾਬ ਕੇ ਬਾਰੇ ਮੈਂ ਜਾਣਕਾਰੀ ਲਈ ਜਰੂਰ ਪੰਜਾਬ ਮਾ ਆ ਕੇ ਕੀ ਆ ਤਜਰਬਾ ਹੋਇਆ ਸੋ ਮੰਨਤ ਗੁੱਡੀ ਮੇਰੀ ਗੈਰ ਹੈ ਗੁੱਡੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਹੈ ਮੈਂ ਠੀਕ ਆ ਤੁਹਾਡਾ ਕੀ ਹਾਲ ਹੈ ਬਹੁਤ ਵਧੀਆ ਅੱਛਾ ਮੰਨਤ ਬਈ ਜੇ ਤਾਂ ਬਹੁਤ ਛੋਟੀ ਗੁੱਡੀ ਹੈ 18 ਸਾਲ ਦੀ ਹਾਂਜੀ ਪਹਿਲਾਂ ਤਾਂ ਇਹ ਦੱਸੋ ਚਲੋ ਮੈਂ ਦਾਸੀ ਕਵਾਂਗਾ ਕਿਉਂਕਿ ਬੱਚਿਆਂ ਦਾ ਆਪਾਂ ਕਦੇ ਨਹੀਂ ਤੁਸੀਂ ਨਹੀਂ ਕਹਿੰਦੇ ਨਾ ਬੱਚਿਆਂ ਦਾ ਆਪਾਂ ਕਹਿੰਦੇ ਤੂੰ ਹਾਂਜੀ ਤੇ ਚੰਗਾ ਲੱਗਦਾ ਤੇ ਅੱਛਾ ਉੱਥੇ ਜਨਮ ਹੋਇਆ ਪੰਜਾਬੀ ਕਿਵੇਂ ਸਿੱਖੀ ਆਪਣੇ ਪਰਿਵਾਰ ਬਾਰੇ ਦੱਸੋ ਥੋੜਾ ਜਿਹਾ ਵੀ ਕਿੱਥੇ ਰਹਿਣ ਵਾਲੇ ਆਪਾਂ ਉੱਥੇ ਤੁਸੀਂ ਤੁਹਾਡੇ ਮਾਪੇ ਕਦੋਂ ਗਏ ਸੀ ਥੋੜੀ ਜਾਣਕਾਰੀ ਦਿਓ ਆਪਣੇ ਬਾਰੇ ਹਾਂਜੀ ਮੇਰੇ ਮੰਮੀ ਪਾਪਾ ਐਕਚੁਅਲੀ ਮੈਨੂੰ ਪਤਾ ਨਹੀਂ ਕਿਹੜੇ ਸਾਲ ਚਲੇ ਗਏ ਸੀ ਪਤਾ ਹੋਣਾ ਚਾਹੀਦਾ ਬਟ ਕਦੀ 1990s ਚ ਗਏ ਸੀ ਉਹ ਤੇ ਉਹਨਾਂ ਨੇ ਛੋਟੇ ਉਮਰ ਤੋਂ ਹੀ ਸਾਡੇ ਤੇ ਪੰਜਾਬੀ ਸਿੱਖਣ ਦਾ ਬੜਾ ਜ਼ੋਰ ਪਾਇਆ ਸੋ ਕਰੇ ਆਪਾਂ ਕਦੀ ਅੰਗਰੇਜ਼ੀ ਨਹੀਂ ਬੋਲਦੇ ਮੈਂ ਕੁਝ ਇੰਗਲਿਸ਼ 'ਚ ਪੁੱਛਾ ਤਾਂ ਉਹ ਐਵੇਂ ਕਰਦੇ ਆ ਜਿਵੇਂ ਉਹਨਾਂ ਨੂੰ ਅੰਗਰੇਜ਼ੀ ਆਂਦੀ ਨਹੀਂ ਕੀ ਬਾਤ ਹੈ ਆ ਤਾਂ ਕਮਾਲ ਹੈ ਜੀ ਪਰ ਛੋਟੇ ਹੁੰਦੇ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਚੜਦਾ ਸੀਗਾ ਵੀ ਕਿਉਂ ਨਹੀਂ ਬੋਲਦੇ ਨਹੀਂ ਕਿਉਂਕਿ ਮੈਂ ਉਹਨਾਂ ਨੂੰ ਕੋਈ ਸਵਾਲ ਪੁੱਛਦੀ ਸੀ ਵੀ ਵੇਅਰ ਇਜ਼ ਥਿਸ ਕਹਿਣਗੇ ਹੈ ਮੈਨੂੰ ਸਮਝ ਨਹੀਂ ਆਇਆ ਤੇ ਮੈਂ ਸੋਚਦੀ ਸੀ ਵੀ ਹੁਣ ਇਹ ਫੋਨ ਤੇ ਤੁਸੀਂ ਇਹਨੇ ਵੱਡੇ ਵੱਡੇ ਇੰਗਲਿਸ਼ ਦੇ ਲਫਜ਼ ਆਪਣੇ ਕੰਮ ਵਾਲਿਆਂ ਨਾਲ ਵਰਤ ਰਹੇ ਸੀ ਤੇ ਹੁਣ ਮੈਂ ਕੋਈ ਐਵੇਂ ਸਿੰਪਲ ਜਿਹਾ ਸਵਾਲ ਪੁੱਛਿਆ ਤੇ ਤੁਸੀਂ ਜਵਾਬ ਨਹੀਂ ਦਿਓਗੇ ਬਡੋਈਓ ਉਮਰ ਦੇ ਨਾਲ ਮੈਨੂੰ ਇਸ ਗੱਲ ਦਾ ਬੜਾ ਮਤਲਬ ਸ਼ੁਕਰਾਨਾ ਹੈ ਕਿ ਉਹਨਾਂ ਨੇ ਮੈਨੂੰ ਪੰਜਾਬੀ ਸਿਖਾਈ ਤੇ ਪੰਜਾਬੀਅਤ ਨਾਲ ਜੋੜਿਆ ਬਈ ਸਭ ਤੋਂ ਪਹਿਲਾਂ ਤਾਂ ਨਾ ਕਿਉਂਕਿ ਮੈਂ ਜਿਹੜੀ ਬੋਲੀ ਪਹਿਲਾਂ ਮੈਂ ਬੋਲੀ ਉਹ ਸਮਝ ਆਈ ਕੁਝ ਜਿਹੜੀ ਮੈਂ ਬੋਲ ਰਹੀ ਸੀ ਹਾਂਜੀ ਕੋਈ ਇੰਟਰਸਟਿੰਗ ਜਾਂ ਡਾਇਲੈਕਟਿਕਾ ਚਲੋ ਮੈਂ ਸੌਖੇ ਚ ਬੋਲ ਦਣਾ ਸਭ ਤੋਂ ਪਹਿਲਾਂ ਤਾਂ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿਉਂਕਿ ਸਾਡੇ ਜਿਹੜੇ ਬਹੁਤ ਸਾਰੇ ਬਾਹਰ ਗਏ ਹੋਏ ਪੰਜਾਬੀ ਆ ਹਾਂਜੀ ਉਹ ਸਭ ਤੋਂ ਪਹਿਲਾਂ ਆਪਣੇ ਨਿਆਣਿਆਂ ਨੂੰ ਮੇਰੇ ਖਿਆਲ ਅੰਗਰੇਜ਼ ਬਣਾਉਂਦੇ ਹਨ ਕਿ ਅੰਗਰੇਜ਼ੀ ਬੋਲਦੇ ਹਨ ਉਹਨਾਂ ਨਾਲ ਪੰਜਾਬੀ ਤਾਂ ਗੱਲ ਹੀ ਨਹੀਂ ਕਰਦੇ ਬਹੁਤ ਸਾਰੇ ਪੰਜਾਬੀ ਜਿਹੜੇ ਬਾਹਰ ਗਏ ਨੇ ਪਰ ਤੈਨੂੰ ਜਿਹੜਾ ਤੁਹਾਨੂੰ ਤੁਹਾਡੇ ਮਾਪਿਓ ਨੇ ਪੰਜਾਬੀ ਚ ਬੋਲਣਾ ਹਾਂਜੀ ਸਭ ਤੋਂ ਵੱਡਾ ਮੇਰੇ ਖਿਆਲ ਇਸੇ ਕਰਕੇ ਤੁਸੀਂ ਪੰਜਾਬੀ ਸਿੱਖਿਆ ਆ ਗਈ ਤੁਹਾਨੂੰ ਹਾਂਜੀ ਵੈਸੇ ਐਵੇਂ ਨਹੀਂ ਹੈਗਾ ਵੀ ਕੋਈ ਆਪਣੇ ਬੱਚਿਆਂ ਨੂੰ ਸਿਖਾਉਂਦਾ ਨਹੀਂ ਉੱਥੇ ਕਾਫੀ ਜ਼ੋਰ ਹੈਗਾ ਵੀ ਬੱਚੇ ਇਤਿਹਾਸ ਬਾਰੇ ਸਿੱਖਣ ਵਿਰਸਾ ਬਾਰੇ ਸਿੱਖਣ ਪੰਜਾਬ ਤੋਂ ਤਾਂ ਐਕਚੁਅਲੀ ਜ਼ਿਆਦਾ ਜ਼ੋਰ ਹੈਗਾ ਇੱਥੇ ਤਾਂ ਕਿਸੇ ਨੂੰ ਮੈਂ ਦੇਖਿਆ ਸੱਚੀ ਕੁਝ ਪਤਾ ਹੀ ਨਹੀਂ ਆਪਣੇ ਇਤਿਹਾਸ ਸਿੱਖ ਇਤਿਹਾਸ ਬਾਰੇ ਕੀ ਬਾਤ ਹੈ ਮੈਂ ਨਾ ਇੱਕ ਤੇਰੀ ਗੱਲ ਦੇ ਨਾਲ ਜੁੜਦੀ ਗੱਲ ਸੁਣਾਵਾਂ ਕਿਉਂਕਿ ਮੈਂ ਵੀ ਗੱਲਾਂ ਸੁਣਾਣੀਆਂ ਹਨ ਹਾਂਜੀ ਇੱਥੇ ਨਾ ਮੈਂ ਡਾਕਟਰ ਅਮਰ ਸਿੰਘ ਆਜ਼ਾਦ ਬਹੁਤ ਵਧੀਆ ਕੁਦਰਤੀ ਇਲਾਜ ਕਰਦੇ ਉਹਨਾਂ ਕੋਲ ਬੈਠਾ ਸੀ ਉੱਥੇ ਇੱਕ ਬੰਦਾ ਆਇਆ ਸੀ ਉਹ ਕਹਿੰਦਾ ਵੀ ਕੀ ਹਾਲ ਨੇ ਜੀ ਮੈਂ ਕਿਹਾ ਠੀਕ ਮੈਂ ਕਿਹਾ ਜੀ ਤੁਸੀਂ ਕੌਣ ਹੈ ਕਹਿੰਦੇ ਮੈਂ ਇੰਗਲੈਂਡ ਰਹਿੰਦਾ 45 ਸਾਲ ਤੋਂ ਜੀ ਮੈਂ ਕਿਹਾ ਤੁਸੀਂ ਕਹਿੰਦੇ ਮੈਂ ਤੇਰੀ ਵੀਡੀਓ ਵਗੈਰਾ ਦੇਖਦਾ ਚਲੋ ਗੱਲ ਚੱਲੀ ਤੇ ਕਹਿੰਦਾ ਮੇਰਾ ਮੁੰਡਾ ਹੈਗਾ 40 ਸਾਲ ਦਾ ਕਹਿੰਦਾ ਉਹ ਜਿਹੜੀ ਪੰਜਾਬੀ ਉਹ ਬੋਲਦਾ ਨਾ ਕਹਿੰਦਾ ਇੱਥੇ ਕੋਈ ਨਹੀਂ ਬੋਲਦਾ ਮੈਂ ਕਿਹਾ ਜੀ ਉਹ ਤੁਸੀਂ ਉਹਨੂੰ ਪੰਜਾਬੀ ਕਿਵੇਂ ਸਿਖਾਈ ਉਹੀ ਗੱਲ ਕਹਿੰਦਾ ਮੇਰੇ ਬੇਟੇ ਨੇ ਜਿਵੇਂ ਮੈਨੂੰ ਕਹਣਾ ਵਾਟ ਯੂ ਸੀ ਕਹਿੰਦਾ ਮੈਂ ਕਹਿੰਦਾ ਹੈ ਬੜਾ ਵੱਟ ਚੜਦਾ ਹੁੰਦਾ ਸੀ ਮੀਨ ਉਹਨੇ ਕਹਿੰਦਾ ਵੱਟ ਮੀਨ ਪੰਜਾਬੀ ਕਹਿੰਦਾ ਉਹ ਐਦਾਂ ਫਿਰ ਠੇਠ ਜਿਹੜਾ ਦੁਆਬਾ ਹੈ ਨਾ ਆਪਣਾ ਦੁਆਬਾ ਇੱਕ ਮਾਝਾ ਮਾਲਵਾ ਦੁਆਬਾ ਪਵਾਦ ਦੁਆਬੇ ਦੀ ਬੋਲੀ ਕਹਿੰਦਾ ਮੇਰੇ ਬੱਚੇ ਬੋਲਦੇ ਆ ਅੱਛਾ ਤੇ ਕਮਾਲ ਐ ਐਸੇ ਤੂੰ ਉੱਥੇ ਪੰਜਾਬੀ ਸਿੱਖੀ ਸਕੂਲ ਦੇ ਵਿੱਚ ਇੰਗਲਿਸ਼ ਹਾਂਜੀ ਬਾਕੀ ਸਾਰੀ ਜਗ੍ਹਾ ਇੰਗਲਿਸ਼ ਕਰਦੇ ਨਹੀਂ ਮੈਂ ਮਾਪਿਓ ਤੁਹਾਡੇ ਨਹੀਂ ਬੋਲਦੇ ਸੀ ਤੁਹਾਡੇ ਨਾਲ ਪੰਜ ਅੰਗਰੇਜ਼ੀ ਪੰਜਾਬੀ ਹੀ ਕਰੋਗੇ ਨਹੀਂ ਐਕਚੁਅਲੀ ਸੋ ਮੈਂ ਜਦੋਂ ਨਰਸਰੀ ਸ਼ੁਰੂ ਕੀਤੀ ਤਾਂ ਮੈਨੂੰ ਅੰਗਰੇਜ਼ੀ ਆਂਦੀ ਵੀ ਨਹੀਂ ਸੀ ਕਿਉਂਕਿ ਮੰਮੀ ਪਾਪਾ ਨੂੰ ਪਤਾ ਸੀ ਵੀ ਉੱਥੇ ਰਹਿ ਕੇ ਸਿੱਖ ਜਾਣੀ ਆ ਪੰਜਾਬੀ ਉਹਨਾਂ ਨੇ ਨਹੀਂ ਸਿਖਾਈ ਤਾਂ ਫਿਰ ਸਾਨੂੰ ਕੌਣ ਸਿਖਾਏਗਾ ਹੂੰ ਤਾਂ ਉਹਨਾਂ ਨੇ ਉਸ ਵਾਰ ਬੜਾ ਧਿਆਨ ਬੜਾ ਜ਼ੋਰ ਦਿੱਤਾ ਅਜੇ ਵੀ ਹੁਣ ਚੰਗੀ ਪੰਜਾਬੀ ਬੋਲਣ ਨੇ ਆ ਕੋਈ ਵੀ ਇੰਗਲਿਸ਼ 'ਚ ਗੱਲ ਹੋ ਜਾਏ ਅੰਗਰੇਜ਼ੀ ਕਿਉਂ ਬੋਲ ਰਹੀ ਹੈ ਪੰਜਾਬੀ ਬੋਲ ਕਿਆ ਬਾਤ ਬਈ ਬਹੁਤ ਕਮਾਲ ਮੰਨਤ ਗੱਲ ਦੱਸੀ ਤੂੰ ਇੱਥੇ ਤਾਂ ਜਿਹੜੇ ਇੱਥੇ ਮਾਪੇ ਪਾਪ ਹੈ ਨਾ ਤੁਹਾਡਾ ਥੱਲੇ ਇੱਕ ਸਵਾਲ ਕਰ ਰਹੇ ਸੀ ਤੁਸੀਂ ਵੀ ਇੱਥੇ ਬੰਦੇ ਤੁਸੀਂ ਦੇਖਿਆ ਨਾ ਹਿੰਦੀ ਬੋਲਦੇ ਆ ਹਾਂਜੀ ਸਵਾਲ ਕਰ ਰਹੇ ਸੀ ਨਾ ਤੁਸੀਂ ਹਿੰਦੀ ਕਿਉਂ ਬੋਲਦੇ ਆ ਬਿਲਕੁਲ ਤੇ ਇੱਥੇ ਜਿਹੜੇ ਮਾਪੇ ਆ ਉਹ ਆਪਣੇ ਨਿਆਣੇ ਨਾਲ ਖੁਦ ਸਕੂਲ ਦੇ ਵਿੱਚ ਅੰਗਰੇਜ਼ੀ ਚ ਪੜ੍ਹ ਰਿਆ ਹਿੰਦੀ ਚ ਬੋਲ ਰਿਆ ਪੰਜਾਬ ਚ ਨਾ ਬਹੁਤ ਸਮਾਂ ਪਹਿਲਾਂ ਇੱਕ ਇਹ ਵੀ ਰੌਲਾ ਸੀਗਾ ਕਿ ਹਿੰਦੂਆਂ ਨੇ ਇੱਕ ਰੌਲਾ ਪਿਆ ਪੰਜਾਬ ਦੇ ਵਿੱਚ ਧਰਮ ਦੇ ਵੰਡ ਹੋਈ ਵਾਲਾ ਰੌਲਾ ਕਹਿ ਲੋ ਕਿ ਹਿੰਦੂਆਂ ਨੇ ਆਪਣੀ ਮਾਂ ਬੋਲੀ ਹਿੰਦੀ ਲਿਖਾਈ ਸੀ ਇੱਕ ਵਾਰ ਪੰਜਾਬ ਦੇ ਵਿੱਚ ਜਦੋਂ ਪੰਜਾਬ ਬਣਿਆ ਹਰਿਆਣਾ ਤੋਂ ਪੰਜਾਬ ਵੱਖ ਹੋਇਆ ਹਰਿਆਣਾ ਪੰਜਾਬ ਤੋਂ ਵੱਖ ਹੋਇਆ 1966 ਦੇ ਵਿੱਚ ਪਰ ਅੱਜ ਦੇ ਸਮੇਂ ਵਿੱਚ ਨਾ ਮੇਰਾ ਤਜਰਬਾ ਹੈ ਤੇ ਜੇ ਕੋਈ ਇਸ ਨੂੰ ਕਹਿੰਦਾ ਹੋਵੇ ਗਲਤ ਹੈ ਮੈਂ ਉਹਨੂੰ ਦਿਖਾ ਵੀ ਸਕਦਾ ਹਾਂ ਅੱਜ ਪੰਜਾਬ ਦੇ ਵਿੱਚ ਨਾ ਸਿੱਖ ਸਰਦਾਰਾਂ ਦੇ ਸਕੂਲਾਂ 'ਚ ਪੰਜਾਬੀ ਬੋਲਣ ਤੇ ਪਾਬੰਦੀ ਹੈ। ਸੁਣਿਆ ਨਾ ਕਦੇ ਪੰਜਾਬੀ ਬੋਲਣ ਦੇ ਕਹਿੰਦੇ 100 ਰੁਪਏ ਜੁਰਮਾਨਾ ਹੈ। ਇਹ ਤੁਸੀਂ ਸਕੂਲ 'ਚ ਪੰਜਾਬੀ ਬੋਲੋਗੇ ਗਵਰਨਮੈਂਟ ਸਕੂਲ ਨੇ ਜਿਹੜੇ ਇੰਗਲਿਸ਼ ਮੀਡੀਅਮ ਠੀਕ ਹੈ ਤੁਸੀਂ ਬੋਲੀ ਪੜ੍ਹਾ ਰਹੇ ਮੁੱਦਾ ਕੋਈ ਨਹੀਂ ਬੋਲੀ ਪੜ੍ਹਾਓ। ਉਹ ਵੀ ਕਵਿਸ਼ਾ ਪੜ੍ਹਾ ਸਕਦੇ ਪਰ ਪੂਰਾ ਟੋਟਲ ਇੰਗਲਿਸ਼ ਮੀਡੀਅਮ ਹੈ ਤੇ ਹਿੰਦੀ ਬੁਲਾਂਦੇ ਮੰਨ ਲਓ ਕੋਈ ਵਿਦਿਆਰਥੀ ਨੂੰ ਅੰਗਰੇਜ਼ੀ ਨਹੀਂ ਆਉਂਦੀ ਫਿਰ ਉਹਨੂੰ ਦੂਸਰਾ ਕੀ ਦਿੱਤਾ ਹੋਇਆ ਵੀ ਤੂੰ ਹਿੰਦੀ 'ਚ ਗੱਲ ਕਰਨੀ ਹੈ। ਪਰ ਪੰਜਾਬੀ 'ਚ ਨਹੀਂ। ਤੇ ਸਰਦਾਰਾਂ ਦੇ ਸਕੂਲ ਚ ਹੋ ਰਿਹਾ ਕਿਵੇਂ ਲੱਗਦਾ ਸੁਣ ਕੇ ਇਹ ਤਾਂ ਕਾਫੀ ਬੁਰੀ ਗੱਲ ਹੈ ਮਤਲਬ ਸਾਨੂੰ ਆਪਣੀ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ ਬੋਲਣੀ ਚਾਹੀਦੀ ਹੈ ਅੱਪਾ ਨਹੀਂ ਬੋਲਾਂਗੇ ਤਾਂ ਕੌਣ ਬੋਲੇਗਾ ਪਰ ਮੰਨਤ ਬੁੱਗੇ ਕੀ ਦੱਸਾਂ ਮੈਂ ਉਹ ਰੈਨੀਆਂ ਭੇਡਾਂ ਫਿਰਦੀਆਂ ਭੇਡਾਂ ਸਮਝਦੀਆਂ ਭੇਡਾਂ ਭੇਡਾਂ ਹੁੰਦੀ ਨਾ ਮੈਂ ਮੈਂ ਫੇਰ ਦਾ ਮਤਲਬ ਵੀ ਕਾਫੀ ਤੇ ਪੰਜਾਬ ਦਾ ਹੁਣ ਇੰਨੀਆਂ ਭੇਡਾਂ ਫਿਰਦੀਆਂ ਮੇਰਾ ਰੋਜ਼ ਨਾ ਕਿੰਨੀਆਂ ਭੇਡਾਂ ਨਾਲ ਬਾਹ ਪੈਂਦਾ ਕਹਿੰਦੇ ਤੂੰ ਕਹਿੰਦਾ ਅੰਗਰੇਜ਼ੀ ਦੇ ਖਿਲਾਫ ਮੈਂ ਕਿਹਾ ਮੈਂ ਅੰਗਰੇਜ਼ੀ ਦੇ ਖਿਲਾਫ ਨਹੀਂ ਨਾ ਮੈਂ ਕਿਸੇ ਬੋਲੀ ਦੇ ਖਿਲਾਫ ਹੈ ਮੈਂ ਇਸ ਗੱਲ ਦੇ ਖਿਲਾਫ ਆ ਵੀ ਤੇਰੇ ਘਰ ਦੇ ਵਿੱਚ ਤੇਰੇ ਨਿਆਣੇ ਤੇਰੀ ਬੋਲੀ ਕਿਉਂ ਨਹੀਂ ਬੋਲਦੇ ਬਿਲਕੁਲ ਚਲੋ ਜੀ ਖैर ਅੱਪ ਅੱਗੇ ਚੱਲੀਏ ਅਚਾ ਉਸ ਤੋਂ ਬਾਅਦ ਤੂੰ ਪੰਜਾਬ ਨਹੀਂ ਆਈ ਹੁਣ 18 ਸਾਲ ਦੀ ਹੋ ਗਈ ਐ ਤੇ ਹੁਣ ਆਈ ਐ ਉਸ ਤੋਂ ਪਹਿਲਾਂ ਥੋੜਾ ਆਈ ਦੋ ਤਿੰਨ ਵਾਰ ਹਾਂਜੀ ਅਸੀਂ ਸਾਲ 'ਚ ਇੱਕ ਦੋ ਵਾਰੀ ਦਿਲ ਦੀ ਆਉਂਦੇ ਰਹਿੰਦੇ ਆ ਕਿਉਂਕਿ ਮੇਰੇ ਦਾਦਾ ਦਾਦੀ ਤੇ ਨਾਨਾ ਨਾਨੀ ਉੱਥੇ ਰਹਿੰਦੇ ਆ ਬਟ ਪੰਜਾਬ ਅਸੀਂ ਕਦੀ ਜ਼ਿਆਦਾ ਸਮਾਂ ਨਹੀਂ ਲਾਇਆ ਇੱਕ ਦੋ ਦਿਨ ਗੁਰਦੁਆਰੇ ਦੇ ਦਰਸ਼ਨ ਵਾਸਤੇ ਪਰ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਮੈਂ ਮੇਰਾ ਬੜਾ ਮਨ ਸੀ ਵੀ ਮੈਂ ਆ ਕੇ ਦੋ ਤਿੰਨ ਮਹੀਨੇ ਇੱਥੇ ਰਵਾਂ ਇੱਥੇ ਬੋਲੀ ਆਪਣੀ ਸੁਧਾਰਾਂ ਪੜਨਾ ਲਿਖਣਾ ਥੋੜਾ ਹੋਰ ਇੰਪਣਾ ਬੈਟਰ ਕਰਾਂ ਇੱਥੇ ਆ ਕੇ ਬੋਲੀ ਸੁਧਾਰਾਂ ਭਾਈ ਮੰਨ ਤਾਂ ਇੱਥੇ ਆ ਕੇ ਤਾਂ ਮੈਨੂੰ ਲੱਗਦਾ ਪੰਜਾਬ ਜੀ ਬੋਲੀ ਸੁਧਾਰਨੀ ਪੰਜਾਬ ਜੀ ਤਾਂ ਸੁਧਰ ਨਹੀਂ ਸਕਦੀ ਕਿਉਂਕਿ ਇੱਥੇ ਤਾਂ ਸਾਰੇ ਅੰਗਰੇਜ਼ ਨੇ ਦੇਖੇ ਉੜੇ ਹਿੰਦੀ ਬੋਲ ਰਿਹਾ ਕੋਈ ਅੰਗਰੇਜ਼ੀ ਬੋਲ ਰਿਹਾ ਪੰਜਾਬੀ ਤਾਂ ਤੇਰੇ ਵਰਗੀ ਪੰਜਾਬੀ ਇੱਥੇ ਬਹੁਤ ਘੱਟ ਨੇ ਬੋਲਦੇ ਆ ਜਿਹੜੇ ਹੁਣ ਕਾਨਵੈਂਟ ਚ ਐ ਉਹ ਮਾਮਨੇ ਮੈਨੂੰ ਭੇਜਿਆ ਤਾਂ ਬਾਜ਼ਾਰ ਮੇਂ ਸ਼ੋਪਿੰਗ ਕੇ ਲੀ ਗਏ ਥੇ ਉਧਰ ਹਾਮਨੇ ਨੇ ਇੱਕ ਉਹ ਬਾਈ ਕੀਆ ਹੈ। ਉਹਨਾਂ ਤੇ ਤੁਸੀਂ ਲੈ ਜਾ ਸੁਣੋਗੇ ਤੁਸੀਂ ਹੈਰਾਨ ਹੋ ਜਾਵੋਗੇ। ਅੱਛਾ ਫਿਰ ਜਿਹੜਾ ਪੰਜਾਬ ਦਾ ਇਤਿਹਾਸ ਹੈ ਪੰਜਾਬ ਬਾਰੇ ਸਾਰਾ ਕੁਝ ਗੁਰੂ ਸਾਹਿਬਾਨ ਬਾਰੇ ਉਹ ਕਿਵੇਂ ਸਾਰਾ ਕੁਝ ਪਤਾ ਕਰਿਆ? ਕਰੇ ਤੇ ਜਿਵੇਂ ਉੱਥੇ ਯੂਐਸ ਚ ਗੁਰਦੁਆਰੇ ਚ ਖਾਲਸਾ ਸਕੂਲ ਉਹਨਾਂ ਨੇ ਬਣਾਇਆ ਸੋ ਹਰ ਐਤਵਾਰ ਤੇ ਐਤਵਾਰ ਉੱਥੇ ਜਾਂਦੇ ਸੀਗੇ ਆਮ ਪੜਨ। ਤਾਂ ਫਿਰ ਥੋੜਾ ਮੰਮੀ ਆਪਾਂ ਨੇ ਸਿਖਾਇਆ ਥੋੜੀ ਪ੍ਰਾਈਵੇਟ ਟਿਊਸ਼ਨ ਆਦਾਈ ਜਾਂ ਤੇ ਥੋੜਾ ਗੁਰਦੁਆਰੇ ਸਿੱਖਿਆ ਅਮਰੀਕਾ ਤੁਸੀਂ ਕਿਹੜੇ ਸ਼ਹਿਰ ਰਹਿੰਦੇ ਹੋ ਮੈਂ ਸੈਨ ਫਰਾਂਸਿਸਕੋ ਰਹਿੰਦੀ ਆ ਠੀਕ ਅੱਛਾ ਜਦੋਂ ਹੁਣ ਪੰਜਾਬ ਚ ਆਏ ਆਪਾਂ ਪਹਿਲੀ ਵਾਰ ਹਨੀ ਮਤਲਬ ਵੱਡੇ ਹੋ ਕੇ ਜਦੋਂ ਬੰਦਾ ਪੂਰਾ ਹੋ ਜਾਂਦਾ ਵੀ ਮੈਨੂੰ ਸਮਝ ਆ ਗਈ ਪੰਜਾਬ ਦੇ ਵਿੱਚ ਆ ਕੇ ਕਿਵੇਂ ਲੱਗਿਆ ਕੀ ਸੋਚ ਕੇ ਆਏ ਬਈ ਪੰਜਾਬ ਚ ਮੈਂ ਆ ਚੀਜ਼ ਦੇਖਾਂਗਾ ਐਦਾਂ ਦਾ ਪੰਜਾਬ ਹੈ ਉਦਾਂ ਦਾ ਪੰਜਾਬ ਸੀ ਇੱਕ ਵੱਖਰਾ ਸੀ ਜਦੋਂ ਦਵਾ ਇੱਥੇ ਆ ਗਏ ਕਾਫੀ ਵੱਖਰਾ ਰਿਹਾ ਮੈਨੂੰ ਹੁਣ ਇੱਥੇ ਸਵਾ ਕੁ ਮਹੀਨਾ ਹੋਇਆ ਹੈ ਤੇ ਮਤਲਬ ਮੈਨੂੰ ਲੱਗਿਆ ਵੀ ਇੱਥੇ ਆ ਕੇ ਮੈਨੂੰ ਪੂਰੀ ਠੇੜ ਪੰਜਾਬੀ ਬੋਲਣ ਦਾ ਮੌਕਾ ਮਿਲੇਗਾ ਉਵੇਂ ਨਹੀਂ ਰਿਹਾ ਤੇ ਮੈਂ ਕਾਫੀ ਇੱਥੇ ਨਾਲੇ ਹਰਾਨਾ ਕਿ ਲੋਕਾਂ ਨੂੰ ਬਾਹਰ ਜਾਣ ਦੀ ਪਈ ਹੈ ਤੇ ਸਾਰੇ ਤੁਸੀਂ ਕੋਈ ਵੀ ਉੱਥੇ ਮਾਲ ਚ ਜਾਓ ਕੋਈ ਵੀ ਸਾਈਨ ਦੇਖੋ ਸਾਰੇ ਹਾਈਲਾਈਟਸ 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 ਤੇ ਮੈਨੂੰ ਇਸ ਗੱਲ ਦੀ ਮਤਲਬ ਮੈਂ ਪਿਕਚਰਾਂ ਤੇ ਦੇਖਿਆ ਆ ਜਾਂ ਗਾਣਿਆਂ 'ਚ ਸੁਣਿਆ ਬਟ ਇੰਨਾ ਕਿ ਇੰਨਾ ਇੱਥੇ ਉਸਤੇ ਜ਼ੋਰ ਹੈ ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ ਇਸੋ ਜਿਹੜਾ ਬਾਹਰ ਜਾ ਰਹੇ ਆਂ ਪੰਜਾਬ ਦੇ ਅੱਧਾ ਪੰਜਾਬ ਚਲੇ ਗਿਆ ਕੈਨੇਡਾ ਜਾਂ ਨਹੀਂ ਅਮਰੀਕਾ 'ਚ ਵੀ ਬਹੁਤ ਗਏ ਕਿਵੇਂ ਲੱਗਦਾ ਉੱਥੇ ਜਾ ਕੇ ਕੀ ਕਰ ਰਹੇ ਆ ਉਹ ਤੁਸੀਂ ਦੇਖਿਆ ਹੁਣ ਇੱਥੋਂ ਗਏ ਆ ਜਿਹੜੇ ਉਧਰ ਕਿਵੇਂ ਲੱਗਿਆ ਤੁਹਾਨੂੰ ਵੀ ਉਹ ਸਹੀ ਹੋ ਰਿਹਾ ਜਿਹੜੇ ਉੱਥੇ ਜਾ ਰਹੇ ਆ ਕੀ ਹੋ ਰਿਹਾ ਇਹਦਾ ਕੀ ਲੱਗਦਾ ਤੁਹਾਨੂੰ ਵੀ ਗਲਤ ਹੈ ਸਹੀ ਹੈ ਕੀ ਹੈ ਇਹ ਜਾਂ ਕੰਮ ਕੀ ਕਰਦੇ ਆ ਉੱਥੇ ਮਤਲਬ ਬਿਲਕੁਲ ਡਿਪੈਂਡ ਕਰਦਾ ਹੈ ਨਾ ਹਰ ਇੱਕ ਬੰਦੇ ਦੀ ਉਹਨਾਂ ਦਾ ਕੰਮ ਅਲੱਗ ਹੈਗਾ ਕਿਈ ਲੋਕੀ ਜਾ ਕੇ ਬੜੀ ਚੰਗੀ ਨੌਕਰੀ ਕਰਦੇ ਆ ਤੇ ਕਾਫੀ ਜਿਹੜੇ ਲੋਕੀ ਇੱਥੋਂ ਪੜ੍ਹ ਲਿਖ ਕੇ ਘਟ ਜਾਂਦੇ ਆ ਸਦਾ ਹਾਈਲਾਈਟਸ ਕਰਕੇ ਜਾਂਦੇ ਆ ਉਹਨਾਂ ਮਜਦੂਰੀ ਟਾਈਪ ਕੰਮ ਕਰਨੇ ਪੈਣੇ ਆ ਹਾਂਜੀ ਤੁਹਾਨੂੰ ਐ ਨਹੀਂ ਲੱਗਦਾ ਵੀ ਜਿਹੜੇ ਆਪਾਂ ਇੱਥੋਂ ਇਹ ਚਲੇ ਜੇ ਸਾਰੇ ਹੀ ਚਲੇ ਗਏ ਫਿਰ ਇੱਥੇ ਕੌਣ ਰਹੇਗਾ ਬਿਲਕੁਲ ਐ ਹੀ ਹੁੰਦਾ ਚਿੰਤਾ ਹੈਗੀ ਅਗਰ ਇੱਥੇ ਨਹੀਂ ਕੋਈ ਰਹਾ ਤਾਂ ਫਿਰ ਪੰਜਾਬੀ ਕੌਣ ਬੋਲੇਗਾ ਪੰਜਾਬੀ ਨਹੀਂ ਬੋਲਾਂਗੇ ਤਾਂ ਫਿਰ ਪਛਾ ਖਤਮ ਹੋ ਜਾਏਗੀ ਪਿੱਛੇ ਜੇ ਨਾ ਇੱਕ ਭੈਣ ਜੀ ਹੈਗੇ ਆ ਰਚਪਾਲ ਕੌਰ ਸਿੱਧੂ ਸ਼ਾਇਦ ਉਹਨਾਂ ਦਾ ਜੀ ਨਾਮ ਹੈ ਗਲਤ ਨਹੀਂ ਬੋਲ ਰਿਹਾ ਤਾਂ ਹੋਰ ਇੰਨੇ ਇੰਗਲੈਂਡ ਚ ਉਹਨਾਂ ਦੀ ਨਾ ਦੋ ਧੀ ਹੈ ਤੇ ਦੋਵਾਂ ਨੂੰ ਨਾ ਸੱਤ ਸੱਤ ਜਮਾਨਾ ਹੁੰਦੀਆਂ ਉਹਨਾਂ ਨੂੰ ਸਪੈਨਿਸ਼ ਵੀ ਆਂਦੀ ਹੈ ਤੇ ਸਪੈਨ ਦੇ ਵਿੱਚ ਨਾ ਇੱਕ ਛੋਟਾ ਜਿਹਾ ਇਲਾਕਾ ਹੈ ਉਹਨੂੰ ਕਤਲੂਨੀਆ ਕਹਿੰਦੇ ਉਹਦੀ ਬੋਲੀ ਕਤਲਾਨ ਹੈ ਸ਼ਾਇਦ ਸੁਣਿਆ ਹੋਵੇ ਤਿੰਨ ਜ਼ਿਲ੍ਹੇ ਐ ਮੈਨੂੰ ਲੱਗਦਾ ਸ਼ਾਇਦ ਜੇ ਮੈਂ ਗਲਤ ਨਹੀਂ ਉਹ ਕਹਿੰਦੇ ਵੀ ਉਹ ਤਿੰਨ ਜ਼ਿਲ੍ਹਿਆਂ ਵਾਲੇ ਬੰਦੇ ਸਪੈਨ ਦੇ ਵਿੱਚ ਹੀ ਐ ਜਿਵੇਂ ਆਪਾਂ ਹਿੰਦੁਸਤਾਨ ਦੇ ਵਿੱਚ ਪੰਜਾਬ ਐ ਉਹ ਤਿੰਨ ਜ਼ਿਲ੍ਹਿਆਂ ਵਾਲੇ ਬੰਦੇ ਸਪੈਨਿਸ਼ ਨਹੀਂ ਬੋਲਣ ਦਿੰਦੇ ਕਹਿੰਦੇ ਸਾਡੀ ਬੋਲੀ ਚ ਗੱਲ ਕਰੋ ਤੇ ਉਹ ਭੈਣ ਜੀ ਆਪਣੇ ਨਿਆਣੇ ਨੂੰ ਜਿਵੇਂ ਤੂੰ ਆਈ ਐ ਇੱਥੇ ਉਹ ਕਹਿੰਦੇ ਛਲ ਤੁਹਾਨੂੰ ਪੰਜਾਬ ਦਿਖਾਵਾਂ ਜੇ ਆਕੇ ਪੰਜਾਬ ਉਹ ਇੱਥੇ ਲੁਧਿਆਣਾ ਉਹ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਮੈਂ ਲੁਧਿਆਣੇ ਚਲੀ ਗਈ ਉੱਥੇ ਸਰਦਾਰ ਸਾਹਿਬ ਦਾ ਮਾਲ ਬਹੁਤ ਵੱਡੀ ਦੁਕਾਨ ਮਾਲ ਸੀ ਜੋ ਵੀ ਉੱਥੇ ਉਹਨਾਂ ਦੇ ਬੰਦੇ ਰੱਖੇ ਹੋਏ ਕਹਿੰਦੇ ਮੇਰੀ ਗੁੱਡੀ ਮੈਨੂੰ ਪੁੱਛਦੀ ਹੈ ਕਿ ਵੀ ਪੰਜਾਬ ਕਦੋਂ ਜਾਵਾਂਗੇ ਕਹਿੰਦੇ ਮੈਂ ਕਿਹਾ ਵੀ ਪੰਜਾਬ ਚ ਆਪਾਂ ਕਹਿੰਦੇ ਇੱਥੇ ਪੰਜਾਬੀ ਦਾ ਕੋਈ ਨਹੀਂ ਬੋਲਦਾ ਕਹਿੰਦੇ ਹਿੰਦੀ ਬੋਲਦੇ ਆ ਮੈਂ ਵੀ ਦੇਖਿਆ ਸਾਰੀ ਦੁਕਾਨਾਂ 'ਚ ਕੁਝ ਵੀ ਲੈਣ ਜਾਓ ਤਾਂ ਹਿੰਦੀ 'ਚ ਗੱਲ ਕਰਦੇ ਆ ਤੇ ਉਹ ਕਹਿੰਦੇ ਮੈਨੂੰ ਇਹਨਾਂ ਗੁੱਸਾ ਆਇਆ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਜਿਹੜੀ ਨੌਕਰ ਸੀ ਵੀ ਆਪਣੇ ਦੁਕਾਨ ਦਾ ਜੋ ਵੀ ਉਹ ਮਾਲ ਜੋ ਵੀ ਸੀ ਉਹਦਾ ਮਾਲਕ ਨੂੰ ਬੁਲਾ ਕੇ ਲਿਆਓ ਕਹਿੰਦੇ ਸਰਦਾਰ ਬੰਦਾ ਕੜਾ ਉਹਦੇ ਪਾਇਆ ਵਾ ਪੱਗ ਬੰਨੀ ਵੀ ਤਾੜੀ ਕਹਿੰਦੇ ਮੈਂ ਕਿਹਾ ਭਾਜੀ ਵੀ ਆਹ ਕੀ ਐ ਆ ਤੁਹਾਡਾ ਬੇੜਾ ਕਿਉਂ ਗਰਖ ਹੋ ਗਿਆ ਤੁਸੀਂ ਮੇਰੇ ਨਾਲ ਹਿੰਦੀ ਬੋਲ ਰਹੇ ਮੇਰੇ ਨਿਆਣੇ ਕਹਿੰਦੇ ਪੰਜਾਬੀ ਨਹੀਂ ਇਹ ਕਹਿੰਦੇ ਉਹਨੇ ਜਿੰਨਾ ਵੀ ਸਵਾ ਚੱਕਿਆ ਸੀ ਚੱਕ ਕੇ ਚੱਕੋ ਕਹਿੰਦੇ ਆਪਣਾ ਸਮਾਨ ਇਹਦਾ ਕੀ ਚਾਰ ਪਾਣਾ ਕਹਿੰਦੇ ਜੀ ਸਾਡੀ ਜਵਾਨੀ ਨਾ ਰਹੀ ਸੋ ਬੜਾ ਕਮਾਲ ਹੈ ਜੀ ਕਿ ਜਿਨ੍ਹਾਂ ਦੀ ਜੁਬਾਨ ਹੈ ਉਹ ਇੱਥੋਂ ਭੱਜ ਰਹੇ ਆ ਆਪਣੀ ਜੁਬਾਨ ਤੋਂ ਹੀ ਹੁਣ ਤੂੰ ਇੱਥੇ ਬਾਜ਼ਾਰ 'ਚ ਵੀ ਆਪਣੇ ਪਟਿਆਲੇ 'ਚ ਵੀ ਤਜਰਬਾ ਹੋਇਆ ਕਿ ਹਿੰਦੀ ਬੋਲਦੇ ਸੀ ਦੁਕਾਨਦਾਰ ਹਾਂਜੀ ਜਿਹੜੇ ਤੁਹਾਡੇ ਮਤਲਬ ਨੇਸ਼ਨ ਵਾਈਡ ਬ੍ਰਾਂਡਸ ਹੈਗੇ ਆ ਕੱਪੜਿਆਂ ਦੇ ਮੈਂ ਤਾਂ ਉੱਥੇ ਗਈ ਆ ਤੇ ਉੱਥੇ ਤਾਂ ਫਿਰ ਹਿੰਦੀ ਚੱਲਦੀ ਆ ਅੱਛਾ ਤੁਸੀਂ ਕਹਾਣੀ ਕਹਾਣੀ ਵੀ ਸੁਣਾਦੇ ਸਕੂਲਾਂ ਦੇ ਵੀ ਜਾ ਕੇ ਬੱਚਿਆਂ ਨੂੰ ਕਹਾਣੀ ਤੇ ਕਿਤਾਬਾਂ ਬਾਰੇ ਉਹਦੇ ਬਾਰੇ ਦੱਸੋ ਵੀ ਕਿਵੇਂ ਤੁਸੀਂ ਤਜਰਬਾ ਸਨੌਰ ਕਰਿਆ ਸ਼ਾਇਦ ਤੁਸੀਂ ਜਿਹੜੇ ਸਕੂਲ 'ਚ ਕੀਤਾ ਸਨੌਰ ਦਾ ਜਿਹੜਾ ਸਰਕਾਰੀ ਸਕੂਲ ਸੀਗਾ ਉੱਥੇ ਗਏ ਸੀ ਹਾਂ ਤੇ ਕਾਫੀ ਇੰਟਰਸਟਿੰਗ ਰਿਹਾ ਮੈਨੂੰ ਮੈਕਸੀ ਕਾਫੀ ਇਮਪ੍ਰੈਸ ਹੋਈ ਸਕੂਲ ਦੇਖ ਕੇ ਮੈਨੂੰ ਉਮੀਦ ਨਹੀਂ ਸੀ ਵੀ ਇੰਨਾ ਚੰਗੀ ਤਰ੍ਹਾਂ ਨਾਲ ਬਣਿਆ ਹੋਏਗਾ ਬੱਚੇ ਚੰਗੀ ਤਰ੍ਹਾਂ ਬਣਿਆ ਸੀ ਬੱਚੇ ਵੀ ਚੰਗੀ ਤਰ੍ਹਾਂ ਪੜ੍ਹ ਰਹੇ ਸੀ ਸੋ ਮੈਨੂੰ ਜਾ ਕੇ ਬੜੀ ਖੁਸ਼ੀ ਹੋਈ ਉੱਥੇ ਕਹਾਣੀ ਸੁਣਾਈ ਫਿਰ ਉਹਨਾਂ ਨੂੰ ਹਾਂਜੀ ਸਵੇਰ ਦੇ ਸਮੇਂ 'ਚ ਸਵੇਰੇ ਜਿਵੇਂ ਜਦੋਂ ਉਹਨਾਂ ਦੇ ਹਾਂਜੀ ਉਹਨਾਂ ਦੇ ਸਵੇਰੇ ਦੁਪਹਿਰੇ ਹੁਣ ਮੈਨੂੰ ਯਾਦ ਨਹੀਂ ਹੈਗਾ ਬਟ ਉਹਨਾਂ ਨਾਲ ਮੈਂ 2 ਘੰਟੇ ਲਾਇਕ ਆਣੀ ਸੁਣਾਈ ਗੱਲਾਂ-ਵਾਟਾਂ ਕੀਤੀਆਂ ਛੋਟੇ ਬੱਚੇ ਸਨ ਸੋ ਕਾਫੀ ਦਿਨ ਉਹਨਾਂ ਨਾਲ ਖੇਡਦੀ ਰਹੀ ਕੈਰਮ ਬੋਰਡ ਖੇਡੀ ਚੈਸ ਖੇਡੀ ਬੜਾ ਮਜ਼ਾ ਆਇਆ ਅੱਛਾ ਇੱਥੇ ਜਿਹੜੇ ਗਵਰਨਮੈਂਟ ਸਕੂਲ ਚ ਨੇ ਜਾਣੇ ਜਾਂਦੇ ਉਹ ਵੀ ਮਿਲੇ ਤੈਨੂੰ ਕੋਈ ਜਿਹੜੇ ਪੜਦੇ ਹੋਣੇ ਕਿਤੇ ਜਿਹੜੇ ਸਕੂਲਾਂ ਦੇ ਵੀ ਜਾਣੇ ਆ ਬੱਚੇ ਆਪਣੇ ਬਰਾਬਰ ਦੇ ਜੇ ਮਿਲੋ ਤਾਂ ਮੈਂ ਕਹਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੰਗਰੇਜ਼ ਅਮਰੀਕਾ ਚ ਨਹੀਂ ਰਹਿੰਦੇ ਇੱਥੇ ਪੰਜਾਬ 'ਚ ਰਹਿੰਦੇ ਆ। ਇੱਕ ਚੀਜ਼ ਹੋਰ ਦੇਖਿਆ ਮੈਂ ਕਈ ਵਾਰ ਗੱਲ ਕਰਦਾ ਹੁੰਨਾ ਕਿ ਪੰਜਾਬ ਦੇ ਵਿੱਚ ਤੁਸੀਂ ਦੁਕਾਨਾਂ ਤੇ ਮਕਾਨਾਂ ਤੇ ਉਹਨਾਂ ਦੇ ਨਾਂ ਅੰਗਰੇਜ਼ੀ 'ਚ ਹਾਂਜੀ ਮੈਂ ਦੇਖਿਆ ਹੈ। ਹਨੀ ਮੈਂ ਇੱਕ ਵਾਰ ਲਿਖਿਆ ਸੀ ਵੀ ਇਹ ਪੰਜਾਬ ਜਿਹੜਾ ਹੈ ਨਾ ਗੋਰਾ ਗੋਰਾ ਸਮਝਦੇ ਨੇ ਗੋਰੇ ਕਹਿੰਦੇ ਆ ਆਪਾਂ ਉਹਨਾਂ ਨੂੰ ਅੰਗਰੇਜ਼ਾਂ ਨੂੰ ਵੀ ਗੋਰਿਆਂ ਦਾ ਕਬਰਿਸਤਾਨ ਹੈ ਇਹ। ਜਦੋਂ ਤੁਸੀਂ ਦੇਖਦੇ ਹੋ ਗੋਰਾ ਕਿਤੇ ਮਰ ਜਾਂਦਾ ਬੰਦਾ ਕੋਈ ਵੀ ਜੋ ਇਹਨਾਂ ਦਾ ਇੱਕ ਰੀਤ ਹੈ ਵੇ ਉਸ ਤੋਂ ਬਾਅਦ ਉਹਦੀ ਕਬਰ ਦੇ ਉੱਤੇ ਨਾਂ ਲਿਖਦੇ ਐ ਇੰਨੀ ਤਰੀਕ ਨੂੰ ਜਨਮ ਹੋਇਆ ਇੰਨੀ ਤਰੀਕ ਨੂੰ ਇਹ ਪੂਰਾ ਹੋ ਗਿਆ ਤੇ ਅਸੀਂ ਵੀ ਤਾਂ ਉਹੀ ਲੱਗਦਾ ਮੈਨੂੰ ਕਦੇ-ਕਦੇ ਜਿਹੜੇ ਘਰ ਐ ਨਾ ਮੈਂ ਕਦੇ-ਕਦੇ ਦੇਖਦਾ ਵੀ ਇਹ ਬੰਦੇ ਨੇ ਅੰਗਰੇਜ਼ੀ ਜੀ ਨਾਂ ਲਿਖੇ ਹੋਏ ਐ ਅੰਗਰੇਜ਼ੀ ਜੀ ਸਾਰਾ ਕੁਝ ਕਰਿਆ ਹੋਇਆ ਵੀ ਪੰਜਾਬ ਹੁਣ ਗੋਰਿਆਂ ਦਾ ਕਬਰਿਸਤਾਨ ਹੀ ਬਣ ਗਿਆ ਮੈਨੂੰ ਤਾਂ ਲੱਗਦਾ ਅੰਗਰੇਜ਼ੀ ਸਿੱਖਣਾ ਹੋਰ ਚੀਜ਼ ਐ ਪਰ ਉਹਨੂੰ ਆਪਣੇ ਸਿਰ ਤੇ ਚੱਕ ਕੇ ਗੁਲਾਮ ਬਣ ਜਾਣਾ ਤੁਹਾਡੇ ਉੱਥੇ ਜਿਹੜੇ ਪੰਜਾਬੀ ਐ ਜਿਵੇਂ ਉਹਨਾਂ ਤਾਂ ਇਸ ਗੱਲ ਦਾ ਪਤਾ ਹੋਣਾ ਮੇਰੇ ਖਿਆਲ ਵੀ ਸਾਡੀ ਬੋਲੀ ਹਾਂਜੀ ਉੱਥੇ ਕਾਫੀ ਜ਼ਿਆਦਾ ਅਸਲ ਜ਼ੋਰ ਹੈਗਾ ਕਿਉਂਕਿ ਉੱਥੇ ਕਦਰ ਹੈਗੀ ਸਾਰੇ ਪੰਜਾਬੀ ਨਹੀਂ ਬੋਲਦੇ ਗੁਰਦੁਆਰੇ ਐਵੇਂ ਆਸਾਨੀ ਨਾਲ ਨਹੀਂ ਜਾ ਸਕਦੇ ਸੋ ਉੱਥੇ ਜ਼ਿਆਦਾ ਇਸ ਚੀਜ਼ ਦੀ ਕਦਰ ਹੈਗੀ ਵੀ ਬੱਚੇ ਨੂੰ ਵਿਰਸੇ ਨਾਲ ਜੋੜੀ ਹੈ ਇਤਿਹਾਸ ਨਾਲ ਜੋੜੀ ਹੈ ਪਰ ਇੱਥੇ ਹੈਗੀ ਇੰਨੀ ਕਦਰ ਕਿਸੇ ਨੂੰ ਵਿਰਸੇ ਨੂੰ ਜੋੜਨ ਦੀ ਨਹੀਂ ਪਰ ਇੱਥੇ ਕਾਫੀ ਆਮ ਗੱਲ ਹੈ ਨਾ ਇੱਥੇ ਕਦਰ ਕਰਨ ਦੀ ਲੋੜ ਨਹੀਂ ਹੈ ਇੱਥੇ ਕਦਰ ਨਹੀਂ ਲੋੜ ਹੀ ਨਹੀਂ ਕੋਈ ਹੈ ਹੀ ਸਾਰਾ ਕੁਝ ਨਹੀਂ ਮਤਲਬ ਇੱਥੇ ਆਮ ਹੀ ਹੋ ਗਿਆ ਵੀ ਸਾਰੇ ਐ ਹੀ ਆ ਹਾਂਜੀ ਤੇ ਉੱਥੇ ਜੀ ਹੈ ਨਹੀਂ ਫਿਰ ਉੱਥੇ ਸਿਖਾਣਾ ਚਾਹੁੰਦੇ ਆ ਬਿਲਕੁਲ अच्छा किताब भी है वो कुछ क्यों किताब पंजाबी पढ़नी कैसे सीखी फिर स्कूल उठे गुरुद्वारे जी ਤੇ ਆਪਣੇ ஆன்லைன் ਕੁਝ ਕਲਾਸਾਂ ਲਾਈਆਂ हां जी ਮੈਂ ਗੁਰਦੁਆਰੇ ਵੀ ਸਿੱਖੀ ਤੇ ਫਿਰ ਮੈਂ ਪ੍ਰਾਈਵੇਟ ਕਲਾਸਾਂ ਵੀ ਲਾਈਆਂ ਆਮ ਸਿੱਖਣ ਵਾਸਤੇ ਤੇ ਫਿਰ ਫਲੂਐਂਸੀ ਤਾਂ ਪੜ ਕੇ ਹੀ ਵੱਧਦੀ ਐ ਸੋ ਮੇਰਾ ਇੱਕ ਮਕਸਦ ਪੰਜਾਬ ਦਾ ਆਂਦਾ ਸੀਗਾ ਵੀ ਮੈਂ ਇੱਥੇ ਆ ਕੇ ਪੜਾਂ ਤੇ ਥੋੜੀ ਆਪਣੀ ਪੜਨ ਲਿਖਣ ਦੀ ਵੋਕੈਬਲਰੀ ਵੀ ਵਧਾਵਾਂ ਹੂੰ আচ্ছা ਕੋਈ ਸੁਣਾਓ ਜੀ ਆਪ ਆ ਪੜੋ ਪਹਿਲਾਂ ਕਿਤਾਬ ਦਾ ਨਾਮ ਪੰਜਾਬ ਦੀਆਂ ਜਨੌਰ ਕਹਾਣੀਆਂ ਵਾਹ ਜੀ ਵਾਹ ਅੱਗੇ ਚੱਲੋ ਲੈ ਵੀ ਆ ਆਪਣੇ ਮਨਤ ਕੌਰ ਤੋਂ ਨਾ ਆਪਾਂ ਕਿਉਂਕਿ ਸਾਡੇ ਨਿਆਣੇ ਜਿਹੜੇ ਆ ਕਨਵੈਂਟ ਦੇ ਵਿੱਚ ਆ ਉੱਥੇ ਤਾਂ ਹੁਣ ਪੰਜਾਬੀ ਰਹੀ ਨਹੀਂ ਤੇ ਇਹ ਜੇ ਬੱਚਿਆਂ ਤੋਂ ਹੀ ਉਮੀਦ ਹੈ ਵੀ ਇਹ ਕੋਈ ਮਾਂ ਬੋਲੀ ਦੇ लाडले ਸਾਬਤ ਹੋਣਗੇ ਮਨਤ ਆਪਾਂ ਨੂੰ ਕੁਝ ਹੋਰ ਪੜ੍ਹ ਕੇ ਸੁਣਾਏਗੀ ਬਿਲਕੁਲ ਐਨਕ ਲੱਗੀ ਹੋਈ ਐ ਹਾਂ ਜੀ ਕਿੰਨਾ ਨੰਬਰ ਇਹ ਮੈਨੂੰ ਯਾਦ ਨਹੀਂ ਆ ਜ਼ਿਆਦਾ ਨਹੀਂ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਇੱਕ ਵਾਰ ਦੀ ਗੱਲ ਹੈ ਇੱਕ ਤਿੱਤਰ ਤੇ ਇੱਕ ਗਿੱਦੜ ਵਿਚਕਾਰ ਗੁੜੀ ਮਿੱਤਰਤਾ ਹੋ ਗਈ ਤਿੱਤਰ ਬੜਾ ਹਸ ਹਸਮੁਖ ਤੇ ਖੁੱਲੇ ਡੁੱਲੇ ਸੁਬਾਦਾਸੀ ਪਰ ਗਿੱਦਰ ਚਿਰਚੜੇ ਤੇ ਖੋ ਖੋਰੇ ਸੁਬਾਦਾ ਹੋਣ ਕਰਕੇ ਹਮੇਸ਼ਾ ਖਪਦਾ ਕਿੱਜਦਾ ਹੀ ਰਹਿੰਦਾ ਵਾਹ ਜੀ ਵਾਹ ਚਿਰਚੜਾ ਕੀ ਹੁੰਦਾ ਚਿਰਚੜਾ ਜਿਹੜਾ ਜਲਦੀ ਮਤਲਬ ਗੁੱਸਾ ਚੜ ਜਾਏ ਹਾਂ ਅਜੇ ਗੱਲ ਲਿਕਾ ਹੋਰ ਵੀ ਹੈ ਨਾ ਬਹੁਤ ਸਾਰੇ ਨਿਆਣੇ ਜਿਹੜੇ ਅਮਰੀਕਾ ਚ ਹੈ ਜਾਂ ਬਾਹਰ ਹੈ ਆ ਜਨਮ ਹੋਇਆ ਉਹ ਅੰਗਰੇਜ਼ੀ ਉਚਾਰਨ ਨੂੰ ਅੰਗਰੇਜ਼ੀ ਸਟਾਈਲ ਚ ਪੰਜਾਬੀ ਪੜ੍ਹਦੇ ਨੇ ਪਰ ਤੇਰੀ ਬਿਲਕੁਲ ਐ ਲੱਗਦਾ ਵੀ ਪੰਜਾਬ ਦੀ ਠੇਠ ਹੈ ਅਸਲੀ ਪੰਜਾਬੀ ਕਿਉਂਕਿ ਉਹਨਾਂ ਦਾ ਨਾ ਐਕਵਾਰਡ ਵਾਰ ਉਹਨੇ ਅੰਗਰੇਜ਼ੀ ਦੇ ਵਿੱਚ ਪੰਜਾਬੀ ਆ ਜਾਂਦੀ ਉਹ ਉਸ ਤਰ੍ਹਾਂ ਤੇਰਾ ਤਾਂ ਐ ਲੱਗਦਾ ਮੰਨਤ ਬਾਈ ਜਿਵੇਂ ਬਿਲਕੁਲ ਸ਼ੁੱਧ ਖਾਲਸ ਬੜ ਰਿਹਾ ਬੰਦਾ ਥੈਂਕ ਯੂ ਮੈਨੂੰ ਲੱਗਦਾ ਵੀ ਤੇਰੇ ਮੈਂ ਕਹਿਣਾ ਚਾਹਾਂਗਾ ਪਹਿਲਾਂ ਮੈਂ ਕਰਲ ਕਰ ਰਿਹਾ ਸੀ ਵੀ ਸਾਡਾ ਜਿਹੜਾ ਮੰਮੀ ਡੈਡੀ ਸਾਡੇ ਸ਼ਬਦ ਨਹੀਂ ਬਾਪੂ ਬੇਬੇ ਹਾਂਜੀ ਗ੍ਰੈਂਡਫਾਦਰ ਨਹੀਂ ਸੋ ਤੇਰੇ ਬਾਪੂ ਬੇਬੇ ਜੀ ਜਿਹੜੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਨਾ ਵੀ ਇਹ ਸਿਹਰਾ ਜਾਂਦਾ ਵੀ ਉਹਨਾਂ ਨੇ ਤੈਨੂੰ ਇੰਨੀ ਵਧੀਆ ਪੰਜਾਬੀ ਸਿਖਾਈ ਹੈ ਨੀ ਬਿਲਕੁਲ ਉਹਨਾਂ ਸਿਖਾਦੇ ਤਾਂ ਕੋਈ ਨਹੀਂ ਸਿਖਾ ਸਕਦਾ ਸੀ ਮੈਨੂੰ ਤੇ ਉਦੋਂ ਤਾਂ ਨੂੰ ਗੁੱਸਾ ਆਂਦਾ ਸੀ ਹੁਣ ਕਹੇ ਹੁਣ ਲੱਗਦਾ ਵੀ ਬਾ ਕਮਾਲ ਹੈ ਨੀ ਤਦ ਮੈਨੂੰ ਬਹੁਤ ਗੁੱਸਾ ਆਂਦਾ ਸੀ ਵੀ ਇਹ ਕਿਉਂ ਨਹੀਂ ਬੋ ਦੱਸਦੇ ਮੈਨੂੰ ਨਾਮ ਵੀ ਰੱਖਿਆ ਤਾਂ ਮੰਨਤ ਕੋਈ ਮਤਲਬ ਉੱਥੇ ਸਕੂਲ 'ਚ ਕਹਿ ਨਹੀਂ ਸਕਦਾ ਮੰਨਣਾ ਤੋਂ ਮਨਾਟ ਮਿੰਟ ਮੈਗਨੇਟ ਅਲੱਗਾ ਲੱਗੀ ਬੋਲਦੇ ਆ ਮੈਂ ਤਾਂ ਗੁੱਸਾ ਚੜਦਾ ਸੀ ਵੀ ਕੋਈ ਹੋਰ ਨਾਮ ਰੱਖ ਦਿੰਦੇ ਮੰਨਤ ਹੀ ਕਿਉਂ ਰੱਖਣਾ ਸੀ ਅੱਛਾ ਇੱਕ ਚੀਜ਼ ਮੈਂ ਹੋਰ ਦੇਖੀ ਨਾਵਾਂ ਦੀ ਗੱਲ ਇੱਕ ਦਿਨ ਕਿਸੇ ਬੰਦੇ ਨੇ ਨਾ ਫੇਸਬੁੱਕ ਤੇ ਲਿਖਿਆ ਸੀ ਵੀ ਅਸੀਂ ਇੰਨੇ ਜ਼ਿਆਦਾ ਗੁਲਾਮ ਹੋ ਗਏ ਜਿਹੜਾ ਸ੍ਰਿੰਦਰ ਐ ਉੱਥੇ ਜਾ ਕੇ ਸ਼ੈਰੀ ਬਣ ਗਿਆ ਹਰਿੰਦਰ ਹੈਰੀ ਬਣ ਗਿਆ ਗੁਰਿੰਦਰ ਗੈਰੀ ਬਣ ਗਿਆ ਕਹਿੰਦੇ ਅੰਗਰੇਜ਼ ਨਾਂ ਵੀ ਅੰਗਰੇਜ਼ਾਂ ਵਾਲੇ ਹਾਂਜੀ ਸਾਡੇ ਲੋਕ ਇੰਨੇ ਜ਼ਿਆਦਾ ਮਤਲਬ ਕਿ ਉਹ ਬਣ ਗਏ ਗੁਲਾਮ ਹੋ ਗਏ ਵੀ ਉਹਨਾਂ ਦੇ ਨਾਂ ਬਣਾ ਲੇ ਆਪਣੇ ਛੜਤੇ ਰੇ ਮੇਟਰਾਨਾ ਕੌਰ ਐ ਕਿੰਨਾ ਕਮਾਲ ਐ ਸਿੰਘ ਸਿੰਘ ਮੈਨੇ ਸ਼ੇਰ ਹਾਂਜੀ ਕੌਰ ਮੈਨੇ ਪ੍ਰਿੰਸੈਸ ਕੀ ਬਾਤ ਵਾਹ ਜੀ ਵਾਹ ਸੋ ਮਨਨ ਦਾ ਹੋਰ ਕੋਈ ਗੱਲ ਸਾਨੂੰ ਸੁਣਾਓ ਕੋਈ ਹੋਰ ਤਜਰਬਾ ਹੋਇਆ ਹੋਵੇ ਤੈਨੂੰ ਇੱਥੇ ਬਾਜ਼ਾਰ ਚ ਜਾਂ ਕਿਤੇ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਲੱਗਿਆ ਹੋਵੇ ਕੁਝ ਵੀ ਇੱਥੇ ਪੰਜਾਬ ਚ ਆਣ ਤੇ ਅਮ ਕੀ ਸੁਣਾਈ ਕੁਝ ਵੀ ਮੈਨੂੰ ਬਸ ਇਸ ਗੱਲ ਦਾ ਕਾਫੀ ਮਤਲਬ ਮੈਂ ਯੂਨੀਵਰਸਿਟੀ ਚ ਵੀ ਹੁਣ ਪੰਜਾਬੀ ਦੀ ਟਿਊਸ਼ਨ ਲੈ ਰਹੀ ਹਾਂ ਤੇ ਮੈਨੂੰ ਬਸ ਇਸ ਗੱਲ ਦਾ ਥੋੜਾ ਦੁੱਖ ਹੈਗਾ ਵੀ ਇੱਥੇ ਜਿੱਥੇ ਤੱਕ ਮੈਂ ਦੇਖਿਆ ਸ਼ਾਇਦ ਐਵੇਂ ਨਾ ਹੋਵੇ ਮੈਂ ਸਿਰਫ ਸਵਾਮੀਨੇ ਵਾਸਤੇ ਰਹੀ ਆ ਮੈਂ ਪੂਰਾ ਪੰਜਾਬ ਆਬੀਸਲੀ ਦੇਖਿਆ ਨਹੀਂ ਹੈਗਾ ਬਟ ਇੱਥੇ ਮੈਨੂੰ ਜਿੱਥੇ ਤੱਕ ਮੈਂ ਦੇਖਿਆ ਪੜਾਈ ਵੱਲ ਥੋੜਾ ਘੱਟ ਧਿਆਨ ਹੈ ਥੋੜੇ ਆਪਣੇ ਇਤਿਹਾਸ ਆਪਣੇ ਵਿਰਸੇ ਵੱਲ ਮਾਨ ਵੀ ਘੱਟ ਹੈਗਾ ਤੇ ਮੈਨੂੰ ਉਸ ਗੱਲ ਦਾ ਦੁੱਖ ਹੈ ਇੱਕ ਚੀਜ਼ ਹੋਰ ਦੀ ਕਿ ਇੱਥੇ ਲੋਕ ਗੱਡੀਆਂ ਮੋਟਰਾਂ ਕਾਰਾਂ ਇਹਨਾਂ ਦਾ ਬੜਾ ਰੌਲਾ ਪਾਉਂਦੇ ਇਹਨਾਂ ਦਾ ਜ਼ਿਕਰ ਕਰਦੇ ਸਾਰਾ ਦਿਨ ਹੀ ਨਹੀਂ ਹਾਂਜੀ ਮੈਂ ਪੰਜਾਬੀ ਗਾਣੇ ਵੀ ਮੈਨੂੰ ਬੜੇ ਚੰਗੇ ਲੱਗਦੇ ਆ ਤੇ ਉਹਨਾਂ ਚ ਵੀ ਮਤਲਬ ਸਾਰੀਆਂ ਇਹੋ ਚੀਜ਼ਾਂ ਹੈਗੀਆਂ ਤੇ ਜੋ ਮਤਲਬ ਗਾਣੇ ਚ ਫਿਰ ਚੱਲਦਾ ਹੈ ਪੌਪ ਕਲਚਰ 'ਚ ਚੱਲਦਾ ਹੈ ਉਹ ਫਿਰ ਲੋਕੀ ਵੀ ਉਵੇਂ ਹੀ ਬਣ ਜਾਂਦੇ ਆ ਹੂੰ ਜਿਹੜੇ ਸਾਡੇ ਗਾਣੇ ਆ ਇਹ ਜਿਹੇ ਅਸੀਂ ਆ ਬਣ ਗਏ ਬਿਲਕੁਲ ਉਥਾਰ ਗੱਡੀ ਲਈ ਫਿਰਦਾ ਫਾਰ ਹੀ ਭਜਾਈ ਫਰੀ ਜਾਂਦਾ ਸਾਰਾ ਦਿਨ ਤੇ ਗਾਣੇ 'ਚ ਵੀ ਥਾਰ ਭਾਗਰੀ ਤੇ ਫਿਰ ਬੰਦਾ ਕਹਿੰਦਾ ਵੀ ਮੈਂ ਹੁਣ ਗਲੀ 'ਚ ਵੀ ਜਿਹੜਾ ਗਾਣਾ ਦੇਖ ਲੈਂਦਾ ਉਹ ਵੀ ਥਾਰ ਲੈ ਗਿਆ ਜਦ ਦਾ ਬਿਲਕੁਲ ਸੋ ਬਈ ਬੜੀਆਂ ਕਮਾਲ ਦੀਆਂ ਗੱਲਾਂ ਹੈ ਗੁੱਡੀ ਮੰਨਤ ਕੌਰ ਨੇ ਦਸੀਆਂ ਹੈ ਤੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਸ਼ਾਹ ਕਿਤਾਬ ਘਰ 'ਚ ਬੈਠੇ ਆ ਤੇ ਸ਼ਾਹ ਨੇ ਬਈ ਗੱਲ ਹੋਰ ਕਹੀ ਸੀ ਵੀ ਸ਼ਾਹ ਕਹਿੰਦਾ ਕਹਿੰਦਾ ਮੇਰਾ ਵੀ ਪ੍ਰਚਾਰ ਕਰ ਰਹੇ ਹੋ ਨੇ ਕੁੜੀ ਕਿਹਾ ਸੀ ਨਾ ਆਪਾਂ ਨੂੰ ਕਹਿੰਦਾ ਬਈ ਮੇਰੀ ਸਾਈਟ ਬਣ ਗਈ ਹੈ ਕਿਤਾਬਾਂ ਕਿਸੇ ਨੇ ਲੈਣੀਆਂ ਹੁਣ ਭਾਈ ਸ਼ਾਹ ਕਿਤਾਬ ਘਰ ਦਾ ਜਿਹੜਾ ਵਰਕ ਆ ਉਹ ਖੋਲ ਕੇ ਕਿਤਾਬਾਂ ਖਰੀਦ ਲੈ ਕਰੋ ਨਹੀਂ ਤਾਂ ਇਹਨੇ ਸਾਨੂੰ ਚਾਹ ਨਹੀਂ ਪਿਲਾਣੀ ਹੈਗੀ ਤੇ ਮੈਨੂੰ ਧਮਕੀ ਦਿੱਤੀ ਗਿਆ ਸੋ ਕਿਤਾਬਾਂ ਜ਼ਰੂਰ ਲੇ ਸ਼ਾਹ ਤੋਂ ਮੰਗਾਲਿਆ ਕਰੋ ਜਿਹੜੀ ਵੀ ਸ਼ਾਹ ਕਿਤਾਬ ਘਰ ਦੀ ਵੈਬਸਾਈਟ ਹੈ ਉਹ ਸਾਰਾ ਕੁਝ ਬਹੁਤ ਵਧੀਆ ਅੱਛਾ ਪੰਜਾਬੀ ਦੀ ਹੈ ਕੋਈ ਆ ਪੜ ਰਹੇ ਜਿਵੇਂ ਕਿਤਾਬ ਹੋਰ ਵੀ ਕਿਤਾ ਹੋਰ ਕੋਈ ਐਵੇਂ ਮੈਂ ਅਲੱਗ-ਅਲੱਗ ਕਹਾਣੀਆਂ ਪੜੀਆਂ ਪੂਰੀ ਕਿਤਾਬ ਮੈਂ ਪੜੀ ਨਹੀਂ ਮੈਂ ਅੱਜ ਕੱਲੇ ਏਕਨ ਸ਼ੁਰੂ ਕੀਤੀ ਐ ਅੱਧੀ ਤੋਂ ਜ਼ਿਆਦਾ ਪੜ ਲਈ ਜਸਵੰਤ ਸਿੰਘ ਨੇਕੀ ਦੀ ਅਸਲ ਵਿਦਿਆ ਅੱਛਾ ਹਾਂ ਉਹ ਮੇਰੇ ਖਿਆਲ ਪਿੰਗਲਵਾੜੇ ਨੇ ਛਾਪੀ ਐ ਮੋਟੀ ਜੀ ਕਿਤਾਬ ਐ ਨਾ ਹਾਂਜੀ ਪਿੰਗਲਵਾੜੇ ਨੇ ਛਾਪੀ ਐ ਅਸਲੀ ਵਿਦਿਆ ਮੈਂ ਸਮਝਾ ਅੱਛਾ ਅੱਛਾ ਭੈਣ ਗੁਰਮੀਤ ਕੌਰ ਜਿਹਨਾਂ ਦਾ ਹੁਣ ਫੋਨ ਆਇਆ ਸੀ ਹਾਂਜੀ ਬਹੁਤ ਵੱਡਾ ਕੰਮ ਕਰ ਰਹੇ ਆ ਪੰਜਾਬੀ ਦੇ ਵਿੱਚ ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਉਹਨਾਂ ਦੀ ਕਿਤਾਬ ਐ ਬਹੁਤ ਕਮਾਲ ਦੀ ਤੇ ਪੰਜਾਬ ਦੀਆਂ ਲੋਕ ਕਹਾਣੀਆਂ ਲੋਕ ਬਾਤਾਂ ਉਹਨਾਂ ਦੀ ਕਿਤਾਬ ਸਾਰੇ ਉਹਦੇ ਜੀ ਦੁਸ਼ਾਹਮੁਖੀ ਚ ਪੰਜਾਬੀ ਚ ਤੇ ਇੰਗਲਿਸ਼ ਅੰਗਰੇਜ਼ੀ ਦੇ ਉਹ ਵੀ ਕਿਤਾਬ ਪੜ੍ਹੀ ਤੁਸੀਂ ਮਿਲੀ ਕਦੇ ਹਾਂਜੀ ਅਕਚੁਅਲੀ ਮੈਨੂੰ ਕਾਫੀ ਖੁਸ਼ੀ ਹੈ ਕਿ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਲਿਖੀ ਕਿਉਂਕਿ ਮੈਂ ਇੱਥੇ ਬੱਚਿਆਂ ਨੂੰ ਮੈਂ ਇੱਥੇ ਡੈਫ ਤੇ ਬਲਾਈਂਡ ਸਟੂਡੈਂਟਸ ਲਈ ਸਕੂਲ ਹੈਗਾ ਤੇ ਮੈਂ ਉੱਥੇ ਪੜਾ ਰਹੀ ਆਂ ਦਿਨੇ ਅੱਛਾ ਹਾਂਜੀ ਤੇ ਮੈਂ ਉੱਥੇ ਇੱਥੇ ਪਟਿਆਲੇ ਚ ਹਾਂਜੀ ਇੱਥੇ ਸੈਮਤੀਪੁਰ ਬਿਲਕੁਲ ਯੂਨੀਵਰਸਿਟੀ ਦੇ ਹਾਂ ਸਾਇ ਹਾਂ ਸੈਮਤੀਪੁਰ ਅੱਛਾ ਉੱਥੇ ਪੜਾਣੇ ਹਾਂਜੀ ਉਹ ਤਾਂ ਮਤਲਬ ਇਹ ਦੂਜਾ ਪੜਦੇ ਇਸ਼ਾਰਿਆਂ ਨਾਲ ਉਹ ਕਿ ਪੜਾਣੇ ਫਿਰ ਉਹਨੂੰ ਡੈਫ ਬੱਚੇ ਬਲਾਈਂਡ ਬੱਚਿਆਂ ਨਾਲ ਤੁਸੀਂ ਵਰਬਲੀ ਕਮਿਊਨੀਕੇਟ ਕਰ ਸਕਦੇ ਹੋ ਅੱਛਾ ਤੇ ਉਹਨਾਂ ਨਾਲ ਮੈਂ ਗੱ ਜੋ ਕਿ ਤੋਂ ਆਪਣੇ ਤੁਹਾਨੂੰ ਪਤਾ ਹੈ ਜਮਸੀ ਖਾਲਣੋਂ ਬਾਰੇ ਮੈਨੂੰ ਇੰਨਾ ਜ਼ਿਆਦਾ ਵੀ ਨਹੀਂ ਪਤਾ ਮੈਂ ਵੀ ਪੂਰੀ ਅਜੇ ਕਿਤਾਬ ਪੜਨੀ ਹੈ ਬਟ ਨਾਮ ਸੁਣਿਆ ਉਹਨਾਂ ਦੀ ਬੇਸਿਕ ਨੋਲਿਜ ਜਾਣਕਾਰੀ ਹੈਗੀ ਜੋ ਕਿ ਉੱਥੇ ਕਾਫੀ ਜ਼ਿਆਦਾ ਬੱਚਿਆਂ ਨੂੰ ਵੈਸਟ ਚ ਹੈਗੀ ਵੀ ਉਹ ਕੌਣ ਸੀ 84 ਚ ਕੀ ਸੰਘਰਸ਼ ਹੋਇਆ ਤੇ ਇੱਥੇ ਉਸ ਬਾਰੇ ਘੱਟ ਜਾਣਕਾਰੀ ਹੈਗੀ 84 ਦੇ ਬਾਰੇ ਜਿਵੇਂ ਮੰਨਤ ਨੇ ਗੱਲ ਕੀਤੀ ਮਨ ਮੰਨ 84 ਬਾਰੇ ਸਾਨੂੰ ਪਤਾ ਕੁਝ 84 ਚ ਕੀ ਹੋਇਆ ਸੀ ਕੁਝ ਸੁਣਿਆ ਕੁਝ ਹਾਂਜੀ ਮੈਨੂੰ ਪਤਾ ਹੈਗਾ ਮੇਰੇ ਵੀਰ ਨੂੰ ਸਾਰਾ ਕੁਝ ਪਤਾ ਹੈਗਾ ਉਹਨੇ ਇਸ ਵਾਰੇ ਕਾਫੀ ਉਹ 14 ਸਾਲ ਦਾ ਹੈਗਾ ਮਨਵੀਰ ਹੈਗਾ ਉਹਦਾ ਨਾਮ ਉਹਨੂੰ ਕਾਫੀ ਇਸ ਦਾ ਸ਼ੌਂਕ ਹੈ। ਅੱਛਾ ਉਹਨੂੰ 14 ਸਾਲ ਵਾਲੇ ਨੂੰ ਪਤਾ ਹੈ? ਪੜਿਆ ਹੈ? ਹਾਂਜੀ। ਉਹਨੇ ਕਿੱਥੋਂ ਸਿੱਖੀ ਮੈਂ ਇਦਾਂ ਹੀ ਪੰਜਾਬੀ ਸਿੱਖੀ। ਉਹ ਨਹੀਂ ਉਹ ਜਿਹੜੀ ਅੰਗਲਿਸ਼ ਦੀ ਕਿਤਾਬਾਂ ਹੈਗੀਆਂ। ਅੱਛਾ ਉਹਨਾਂ ਪੜ੍ਹਿਆ? ਹਾਂਜੀ। ਪੰਜਾਬੀ ਵੀ ਆਂਦੀ ਉਹਨੂੰ? ਹਾਂਜੀ ਉਹ ਵੀ ਸਿੱਖ ਰਿਹਾ। ਪੂਰੀ? ਜੀ। ਇੱਥੇ ਤਾਂ ਆਹ ਬੈਠਾ ਹੈ ਨਾ ਹਰਮਨ। ਹਾਂਜੀ। ਏ ਇਹ ਹੋ ਗਿਆ ਇੱਥੇ ਜੰਮਿਆ ਬਲਿਆ ਇਹ ਤਾਂ ਇੱਥੇ ਵੱਡਾ ਹੋਇਆ ਯਾਰ ਇਹ ਮਾਜਾ ਜਿਹੜਾ ਮਾਜਾ ਹੈ ਨਾ ਮਾਜਾ ਹਾਂਜੀ ਜਿਤਨਾ ਮਰਸਾ ਰਾਇ ਮਾਜੇ 'ਚ ਹੀ ਹੋਇਆ ਨਾ ਸਾਰਾ ਕੁਝ ਜਿਹੜਾ ਦਰਬਾਰ ਸਾਹਿਬ ਤੇ ਹਮਲਾ 84 'ਚ ਸਾਰਾ ਕੁਝ ਮਾਜੇ 'ਚ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹ ਵੀ ਮਾਜੇ ਦੇ ਸੀਗੇ ਅੱਛਾ ਜੀ ਇਹ ਉਸ ਇਲਾਕੇ ਦਾ ਹੈ ਅੱਛਾ ਇਹ ਕਿਤੇ ਨਾ ਸੀ ਗੱਲਾਂ ਕਰਨ ਲੱਗ ਪਏ ਇਹ ਮੈਨੂੰ ਪੁੱਛਦਾ ਕਹਿੰਦਾ ਜੀ ਜਸਵੰਤ ਸਿੰਘ ਖਾਲੜਾ ਕੌਣ ਸੀਗੇ ਇੱਥੇ ਜੰਮਿਆ ਤੇ ਇਹ ਸਾਡੀ ਤਰਾਸਦੀ ਹੈ ਵੀ ਅਸੀਂ ਇੱਥੇ ਜੰਮਿਆ ਨੂੰ ਸਾਨੂੰ ਆਪਣੇ ਬਾਰੇ ਨਹੀਂ ਪਤਾ ਉਹੀ ਜਿਵੇਂ ਤੂੰ ਗੱਲ ਕੀਤੀ ਉਹ ਵੀ ਉਹ ਥਾਰ ਗੱਡੀ ਭਜਾਈ ਜੋ ਮੈਂ ਦੱਸ ਰਿਹਾ ਉਹ ਗਾਣਿਆਂ ਚ ਵੀ ਹੋਈ ਹੈ ਤੇ ਸਾਡੀ ਜ਼ਿੰਦਗੀ ਚ ਵੀ ਹੋਈ ਹੈ ਬਿਲਕੁਲ ਤੇ ਆ ਜਿਹੜਾ ਸਾਰਾ ਕੁਝ ਉੱਧਰ ਅਮਰੀਕਾ ਚ ਵੀ ਐਦਾਂ ਹੀ ਪੌਪ ਕਲਚਰ ਦੀ ਗੱਲ ਚੱਲੇ ਸੀ ਪੰਪ ਐਦਾਂ ਦਾ ਅਮਰੀਕਾ ਚ ਵੀ ਸਾਰਾ ਕੁਝ ਪੌਪ ਕਲਚਰ ਉੱਥੇ ਵੀ ਐਦਾਂ ਦਾ ਹੀ ਹੈਗਾ ਸਾਰੇ ਜਿਹੜੇ ਲੋਕੀ ਗਾਣੇ ਲਿਖਦੇ ਆ ਗਾਣੇ ਆ ਗੱਡੀਆਂ ਵਗੈਰਾ ਤੇ ਲਿਖਦੇ ਆ ਬਟ ਇੱਥੇ ਮੇਰੇ ਖਿਆਲ ਲੋਕਾਂ ਨੂੰ ਉਸ ਗੱਲ ਦਾ ਜ਼ਿਆਦਾ ਅਸਰ ਹੈਗਾ ਉਹ ਉਸ ਤਰ੍ਹਾਂ ਦੇ ਬਣਨਾ ਚਾਹੁੰਦੇ ਆ ਜਿੱਦਾਂ ਦਾ ਪੌਪ ਕਲਚਰ ਹੈਗਾ ਯੂਐਸ ਚ ਤੁਸੀਂ ਐਦਾਂ ਦੇ गाने ਸੁਣਦੇ ਜ਼ਰੂਰ ਹੋ ਬਟ ਇੰਨਾ ਤੁਹਾਡੇ ਜ਼ਿੰਦਗੀ ਦਾ ਹਿੱਸਾ ਨਹੀਂ ਬਣਦਾ ਤੁਸੀਂ ਇੰਨਾ ਉਹਨੂੰ ਅਪਣਾਉਂਦੇ ਨਹੀਂ ਹੈਗੇ ਜਿਨਾ ਇੱਥੇ ਲੋਕੀ ਥਾਰ ਬਾਰੇ ਗਾਣਾ ਸੁਣਿਆ ਤਾਂ ਆਪਾਂ ਵੀ ਥਾਰ ਰੱਖਣੀ ਹੈ ਮੇਰਾ ਵੀ ਮਨ ਹੈ ਥਾਰ ਰੱਖੇ ਤੇ ਬਰਟ ਅਮ ਇੱਥੇ ਕਾफी ਜ਼ਿਆਦਾ ਉਸ ਦਾ ਹਿੱਸਾ ਹੈਗਾ ਜ਼ਿੰਦਗੀ 'ਚ ਜੋ ਕਿ ਮਤਲਬ ਫਿਰ ਗਾਣੇ ਸੁਣੋਂ ਤਾਂ ਇੰਨੇ ਚੰਗੀ ਚੀਜ਼ਾਂ ਬਾਰੇ ਨਹੀਂ ਲਿਖੇ ਗਏ ਸੋ ਵੀ ਕਾफी ਬੁਰੀ ਗੱਲ ਹੈ ਸ਼ਾ ਕਿਤਾਬ ਕਰਦੇ ਉੱਤੇ ਤੁਸੀਂ ਸਨੇਹਾ ਭੇਜ ਸਕਦੇ ਆ ਆਪਣੇ ਉਹਦਾ ਵਰਕਾ ਬਣਿਆ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਵੀ ਛਾਦਾ ਹੈਗਾ ਤੇ ਜੇਕਰ ਮੰਨਤ ਨੂੰ ਬੁਲਾਉਣਾ ਹੋਵੇ ਸਕੂਲ ਦੇ ਵਿੱਚ ਗੱਡੀ ਤੁਹਾਡੇ ਕੋਲ ਹੈਗੀ ਆ ਨੀ ਤੁਹਾਡਾ ਆਣ ਜਾਣ ਵਾਲਾ ਕੋਈ ਮਸਲਾ ਨਹੀਂ ਕਿਤੇ ਵੀ ਤੇ ਆ ਗੁੱਡੀ ਜਿਹੜੀ ਹੈਗੀ ਐ ਸਾਨੂੰ ਪੰਜਾਬੀ ਚ ਕਹਾਣੀ ਸੁਣਾਏਗੀ ਸਾਡੇ ਲਈ ਕਿੱਡੀ ਬੜੀ ਖੁਸ਼ੀ ਦੀ ਗੱਲ ਵੀ ਏ ਯਾਰ ਸਾਡੀ ਤਰਾਸਦੀ ਵੀ ਐ ਕਿ ਸਾਨੂੰ ਪੰਜਾਬ ਚ ਨਾ ਕਹਾਣੀਆਂ ਸ਼ਬਦ ਹੀ ਮੁੱਕ ਗਿਆ ਮੈਂ ਨਾ ਇੱਕ ਪਰਲੇ ਪੰਜਾਬ ਦੇ ਵਿੱਚ ਅਫਜਲ ਸਾਹਿਰ ਹੈ ਪਾਕਿਸਤਾਨ ਪੰਜਾਬ ਹੈ ਬਹੁਤ ਵੱਡਾ ਸ਼ਾਇਰ ਹੈ ਉਹਨੇ ਕਿ ਨਾ ਪਾਕਿਸਤਾਨ ਦੀ ਵਾਰ ਲਿਖੀ ਸੀ ਬਹੁਤ ਦਰਦ ਹੈ ਉਹਦੇ ਚ ਉਹ ਕਹਿੰਦਾ ਵੀ ਸਾਡੇ ਨਾਲ ਠੱਗੀ ਮਾਰੀ ਉਧਰ ਵੀ ਪੰਜਾਬੀ ਖਤਮ ਕਰਤੀ ਉਹਨਾਂ ਨੇ ਜੀ ਉਹਦੇ ਚ ਲਿਖਦਾ ਮੈਂ ਦੋ ਤਿੰਨ ਲਾਈਨਾਂ ਸੁਣਾਉਣਾ ਵੀ ਅਸੀਂ ਕੀ ਐ ਸ਼ਾਇਰ ਤੁਹਾਨੂੰ ਸਮਝਣ ਚ ਔਖਾ ਲੱਗੇ ਕਹਿੰਦਾ ਅਸੀਂ ਖੜੇ ਖਲੋਤੇ ਕੰਬ ਗਏ ਪਰਸ਼ਾਵੇਂ ਬਦਲੇ ਉਹ ਸਾਡੇ ਆਪਣੇ ਆ ਪਟਵਾਰੀਆਂ ਸਾਡੇ ਨਾਵੇਂ ਬਦਲੇ ਸਾਨੂੰ ਸਮਝ ਨਹੀਂ ਹੋਮ ਦੇ ਕਿੰਜ ਘਾਟੇ ਵਾਦੇ ਅਸੀਂ ਬਾਂਦਰ ਕਿੱਲਾ ਖੱਡਿਆ ਤੇ ਛੱਤਰ ਖਾਦੇ ਅਸੀਂ ਅੱਖਾਂ ਮਲਮਲ ਵੇਖੀਏ ਕਿ ਖੇਡਾਂ ਹੋਈਆਂ ਕਿਤੇ ਸ਼ੇਰਾਂ ਵਰਗੇ ਸੂਰਮੇ ਅਜ ਭੇਡਾਂ ਹੋਈਆਂ ਸਾਡਾ ਹਾਲ ਹੁਣ ਭੇਡਾਂ ਵਾਲਾ ਏ ਇੱਕ ਵਾਰ ਨਾ ਮੈਂ ਵੀ ਬੋਲਿਆ ਸੀ ਭੈਣ ਜੀ ਗੁਰਮੀਤ ਕਾਰ ਉਹਨਾਂ ਨੇ ਇੱਕ ਵਾਰ ਨਾ ਲੇਖ ਉਹਨਾਂ ਦਾ ਮੈਂ ਪੜਿਆ ਕਿ ਪੰਜਾਬ ਦੇ ਵਿੱਚ ਪੰਜਾਬੀ ਨੂੰ ਸਭ ਤੋਂ ਵੱਡਾ ਖਤਰਾ ਨਾ ਸਾਡੀਆਂ ਬੀਬੀਆਂ ਤੋਂ ਹੈ ਬੀਬੀਆਂ ਮਾਵਾ ਜਨਾਨੀਆਂ ਘਰਾਂ 'ਚ ਕਹਿੰਦੇ ਉਹ ਪਾਕਿਸਤਾਨ ਦੀ ਪੰਜਾਬ ਚ ਉਰਦੂ ਬੋਲਦੀਆਂ ਬੱਚਿਆਂ ਨਾਲ ਬੱਚਾ ਜਿਹੜਾ ਉਹਨਾਂ ਦਾ ਸਕੂਲ ਜਾਂਦਾ ਹੈ ਉਰਦੂ ਚ ਗੱਲ ਕਰ ਜਿਹੜੀ ਇੱਧਰ ਵਾਲੀਆਂ ਉਹ ਅੰਗਰੇਜ਼ੀ ਬੋਲ ਰਹੀਆਂ ਹਿੰਦੀ ਬੋਲ ਰਹੀਆਂ ਤੇ ਸਕੂਲ ਸਾਰੇ ਅੰਗਰੇਜ਼ੀ ਮੀਡੀਅਮ ਹੈ ਮੈਂ ਜੇ ਪਹਿਲਾਂ ਗੱਲ ਕਰ ਰਿਹਾ ਸੀ ਇਸ ਤੋਂ ਵੱਡੀ ਹੈਰਾਨੀ ਕੀ ਹੋਏਗੀ ਕਿ ਸਰਦਾਰਾਂ ਦੇ ਸਕੂਲ ਜਿਹੜੇ ਸਿੱਖਾਂ ਦੇ ਕਹਿੰਦੇ ਸੀ ਮਾਂ ਬੋਲੀ ਦੇ ਜੱਠੇ ਪੁੱਤਾਂ ਉਹਨਾਂ ਦੀ ਪੰਜਾਬੀ ਤੇ ਪਵੰਦੀ ਹੈ ਤੇ ਪੰਜਾਬੀ ਦਾ ਦੁਸ਼ਮਣ ਕੌਣ ਹੈ ਸਰਕਾਰ ਤਾਂ ਚਾਹੁੰਦੀ ਐ ਪੰਜਾਬੀ ਖਤਮ ਹੋਵੇ ਪਰ ਸਰਕਾਰ ਦੇ ਪੰਜਾਬੀ ਖਤਮ ਕਰਦੋਂ ਪਹਿਲਾਂ ਅਸੀਂ ਪ੍ਰਧਾਨ ਹੁਹਾਲੀ ਦੇ ਵਿੱਚ ਮੁਹਾਲੀ ਗਏ ਤੁਸੀਂ ਮੁਹਾਲੀ ਹਾਂਜੀ ਮੁਹਾਲੀ ਦੇ ਵਿੱਚ ਨਾ ਤੁਸੀਂ ਜਾ ਕੇ ਕਿਸੇ ਵੀ ਮੁਹਾਲੀ ਕਾ ਰਾਜਪਰੇ ਪਟਿਆਲੇ ਕਿਤੇ ਵੀ ਕਿਸੇ ਵੀ ਘਰ ਦੇ ਮੂਰੇ ਪੰਜਾਬੀ ਲਿਖੀ ਦਿਖਾ ਦਿਓ ਉੱਥੇ ਤਾਂ ਬੋਲਦੇ ਵੀ ਨਹੀਂ ਮੈਂ ਹੁਣੇ ਪਿਛਲੇ ਹਫਤੇ ਹੀ ਐਤਵਾਰ ਨੂੰ ਹੀ ਗਈ ਸੀ ਚੰਡੀਗੜ੍ਹ ਤਾਂ ਉੱਥੇ ਤਾਂ ਕੋਈ ਨਹੀਂ ਪੰਜਾਬੀ ਬੋਲਦਾ ਮੁਹਾਲੀ ਵੀ ਘਾਟੀ ਬੋਲਦੇ ਆ ਚੰਡੀਗੜ੍ਹ ਜਾ ਕੇ ਦੇਖੋ ਹਾਂਜੀ ਉਹ ਕਹਿੰਦੇ ਅਸੀਂ ਜਰਨਲ ਡਾਇਰਸ ਜੀ ਨੇ ਜੱਲਿਆਂ ਵਾਲੇ ਬਾਗ 'ਚ ਗੋਲੀ ਚਲਾਈ ਕਾਤਲ ਸੀ ਅਸੀਂ ਤਾਂ ਕਹਿੰਦਾ ਉਹਦੇ ਰਿਸ਼ਤੇਦਾਰ ਐ ਹੁਣ ਪੂਰੇ ਸਾਡਾ ਪੰਜਾਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਬਹੁ ਗਣਤੀ ਸਾਰੇ ਨਹੀਂ ਮੈਂ ਕਹਿੰਦਾ ਪਰ ਬਹੁ ਗਣਤੀ ਦਾ ਥਈ ਹਾਰ ਐ ਸੋ ਬਹੁਤ ਵਧੀਆ ਮਨਤ ਬਹੁਤ ਚੰਗਾ ਲੱਗਿਆ ਮੈਨੂੰ ਤੇ ਜੇਕਰ ਸਾਡੇ ਲੋਕਾਂ ਨੂੰ ਮੈਨੂੰ ਲੱਗਦਾ ਨਹੀਂ ਕਦੇ-ਕਦੇ ਮੈਂ ਵੀ ਨਾ ਪੰਜਾਬੀ ਬਾਰੇ ਗੱਲ ਕਰਦਾ ਭੈਣ ਜੀ ਗੁਰਮੀਤ कौर ਉਹਨੇ ਲੱਗੇ ਹੋਏ ਐ ਬਹੁਤ سارے ਬੰਦੇ ਪਰ ਮੈਨੂੰ ਨਾ ਆਸ ਨਹੀਂ ਕੋਈ ਲੱਗਦੀ ਹੈਗੀ ਵੀ ਸਾਡੇ ਲੋਕ ਪੰਜਾਬੀ ਵੱਲ ਮੁੜਨਗੇ ਇਹ ਤਾਂ ਜਾ ਰਹੇ ਐ ਇੱਥੇ ਕਿਹੜਾ ਮਾਂ ਪਿਓ ਐ ਇੱਥੇ ਤਾਂ ਨਾ ਕੋਈ ਨਿਆਣਾ ਅੰਗਰੇਜ਼ੀ ਤਾਂ ਇੱਕ ਸ਼ਬਦ ਬੋਲੇ ਅੱਗੋਂ ਉਹਦੇ ਮਾਂ ਪਿਓ ਉਸ ਤੋਂ ਵੀ ਅੱਗੇ ਓਕੇ ਇਟਸ ਵੈਰੀ ਨਾਈਸ ਨਾਓ ਅਗੇਨ ਸੇ ਆ ਵੈਰੀ ਨਾਈਸ ਵੈਰੀ ਨਾਈਸ ਵੈਰੀ ਸਾਰਾ ਤਾਂ ਨਹੀਂ ਹੁੰਦੀ ਆ ਘਰਾਂ 'ਚ ਤੇ ਤੇਰੇ ਬਾਪੂ ਬੇਬੇ ਕਮਾਲ ਸੀ ਕਮਾਲ ਨੇ ਜਿਹੜੇ ਕਹਿੰਦੇ ਵੀ ਨਹੀਂ ਸਾਨੂੰ ਤਾਂ ਪਤ ਲੱਗੇ ਪੰਜਾਬੀ 'ਚ ਗੱਲ ਕਰੂ ਆਪਣੀ ਮਾਂ ਬੋਲੀ ਸਿਖਾਣ ਦਾ ਕਿੰਨਾ ਵਧੀਆ ਤਰੀਕਾ ਹੈ ਨਹੀਂ ਹਾਂਜੀ ਉਹ ਅੰਗਰੇਜ਼ੀ ਲੈ ਕੇ ਨਿੱਦਾਂ ਦੇ ਯੂਐਸ ਜੇ ਯੂਕੇ ਜੇ ਕੈਨੇਡਾ 'ਚ ਮੈਂ ਦੇਖਿਆ ਹੈ ਅੱਜ ਕਲ੍ਹ ਕਾਫੀ ਸਾਰੇ ਸੇਕ ਆਰਟਿਸਟ ਹੈਗੇ ਪੰਜਾਬੀ ਆਰਟਿਸਟਸ ਪੰਜਾਬੀ ਰਾਈਟਰਸ ਪੋਏਟਸ ਜੋ ਹਸਪਲ ਕਾਫੀ ਧਿਆਨ ਦੇ ਰਹੇ ਆ ਸੋ ਉਹਨਾਂ ਨੂੰ ਦੇਖ ਕੇ ਮੈਨੂੰ ਕਾਫੀ ਖੁਸ਼ੀ ਮਿਲਦੀ ਆ ਆਸ ਮਿਲਦੀ ਆ ਕਿਉਂਕਿ ਇਹ ਜਿਹੜੇ ਹੈਗੇ ਸਾਰੇ ਜਵਾਨ ਬੰਦੇ ਹੈਗੇ ਤੇ ਉਹ ਸਾਰੇ ਮਤਲਬ ਉਹਨਾਂ ਨੂੰ ਵੀ ਇਦਾਂ ਪੰਜਾਬੀ ਨਾਲ ਪ੍ਰੇਮ ਹੈਗਾ ਤੇ ਉਸ ਨੂੰ ਬਚਾਉਣ ਵਾਸਤੇ ਕੰਮ ਕਰ ਰਹੇ ਆ ਸੋ ਮੇਰੇ ਖਿਆਲ ਨਾਲ ਪੰਜਾਬੀ ਬਚ ਸਕਦੀ ਆ ਅਗਰ ਆਪਾਂ ਬਚਾਣਾ ਚਾਹੀਏ ਬਈ ਸਭ ਤੋਂ ਵੱਡੀ ਗੱਲ ਤਾਂ ਨਾ ਮੈਨੂੰ ਹੁਣ ਚਲੋ ਤੈਨੂੰ ਮਿਲ ਤੋਂ ਬਾਅਦ ਨਾ ਗੁੜੀ ਆ ਜਿਵੇਂ ਮੈਂ ਗੱਲ ਕਰ ਰਹੀ ਸੀ ਵੀ ਅੰਨੀ ਸਾਹ ਪੰਜਾਬੀ ਜਿਵੇਂ ਤੂੰ ਬੋਲੀ ਹੈ ਨਾ ਇੱਥੇ ਕੋਈ ਨਾ ਨਾ ਬੋਲਦਾ ਉਹਦੇ ਵਿੱਚ 18 ਸ਼ਬਦ ਅੰਗਰੇਜ਼ੀ ਦੇ 12 ਸ਼ਬਦ ਹਿੰਦੀ ਦੇ ਉਹ ਐ ਖਿਚੜੀ ਨਹੀਂ ਹੁੰਦੀ ਖਿਚੜੀ ਹਾਂਜੀ ਖਿਚੜੀ ਖਾਣ ਲੱਗ ਜੰਨੇ ਆ ਪੰਜਾਬੀ ਦਾ ਸ਼ਬਦ ਹੀ ਨਹੀਂ ਹੁੰਦਾ ਸੋ ਬਹੁਤ ਬਹੁਤ ਸ਼ੁਕਰਾਨਾ ਤੂੰ ਬੁੱਗੇ ਉਰੇ ਆਈ ਹੈ ਬੁੱਗਾ ਸਮਝਣਾ ਸਾਡੇ ਪਵਾਦ ਦੇ ਇਲਾਕੇ ਜਿਹੜੇ ਛੋਟੇ ਬੱਚੇ ਉਹਨੂੰ ਕਹਿੰਦੇ ਆ ਬੁੱਗਾ ਅੱਛਾ ਪਿਆਰਾ ਬੱਚਾ ਕਿ ਭਾਈ ਤੂੰ ਇੱਥੇ ਆਈ ਹੈ ਤੈਨੂੰ ਬਹੁਤ ਪਿਆਰ ਤੇ ਸਤਿਕਾਰ ਸਾਡੇ ਵੱਲੋਂ ਤੇ ਮੈਂ ਕਹਿੰਦਾ ਵੀ ਤੂੰ ਸਾਡੇ ਕਿਤੇ ਲੋਕਾਂ ਦੇ ਅੰਦਰੋਂ ਅਣਖ ਅਣਖ ਹੁੰਦੀ ਨਾ ਅਣਖ ਹਾਂਜੀ ਹਾਂਜੀ ਸਮਝੀ ਨਾ ਹਾਂਜੀ ਅਣਖੀ ਅਣਕੀ ਹੁੰਦੀ ਹੈ ਜਿਵੇਂ ਮਾਨ ਹਾਂ ਕੀ ਬਾਤ ਹੈ ਸਾਡੇ ਲੋਕਾਂ ਦੇ ਨਾਲ ਅਣਖ ਜਾਗ ਜਾਵੇ ਜੂੰਦੇ ਹੋ ਜਾਣ ਉਹ ਵੈਸੇ ਮੈਨੂੰ ਤਾਂ ਲੱਗਦਾ ਨਹੀਂ ਕਿਉਂਕਿ ਲਾਸ਼ਾਂ ਹੀ ਹੁੰਨੀਆਂ ਜਿਹੜੇ ਆਪਣੀ ਬੋਲੀ ਛੱਡ ਜਾਂਦੇ ਆ ਤੇ ਆਪਣੀ ਬੋਲੀ ਨੂੰ ਪਿੱਛੇ ਦੇ ਜਾਂਦੇ ਆ ਉਹ ਬੰਦੇ ਜੂੰਦੇ ਤਾਂ ਹੁੰਦੇ ਨਹੀਂ ਬਹੁਤ ਗਲਤੀ ਦਾ ਸਾਡੇ ਦਾ ਹੀ ਹਾਲ ਹੈ ਬੇਸ਼ੱਕ ਲੋਕ ਗਾਲਾਂ ਕੱਢਣ ਸੁਣ ਕੇ ਵੀ ਕੀ ਬੋਲੀ ਜਾਂਦਾ ਪਰ ਤੈਨੂੰ ਦੇਖ ਕੇ ਉਮੀਦ ਲੱਗਦੀ ਹੈ ਸੋ ਭਾਈ ਮੈਂ ਇੱਕ ਵਾਰ ਫੇਰ ਦੱਸਦਾ ਵੀ ਸ਼ਾਦੀ ਉੱਥੇ ਵਰਕੇ ਦੇ ਉੱਤੇ ਮਨਤਕੌਰ ਤੁਹਾਨੂੰ ਪੰਜਾਬ ਦੀਆਂ ਬਾਤਾਂ ਪੰਜਾਬ ਦੀਆਂ ਲੋਕ ਕਹਾਣੀਆਂ ਤੇ ਆਪਾਂ ਇਹਨੂੰ ਪੰਜਾਬੀ ਵਿੱਚ ਕਹਾਂਗੇ ਜਿਹੜਾ ਸਟੋਰੀ ਟੈਲਰ ਹੁੰਦਾ ਸਾਖੀਕਾਰ ਠੀਕ ਹੈ ਜੀ ਬੜੀ ਨੇਪਾਸੀ ਹਾਂ ਕਿਉਂਕਿ ਸਟੋਰੀ ਟੈਲਰ ਤਾਂ ਨਾ ਪੰਜਾਬੀ ਦੇ ਵੀ ਸਾਖੀ ਪਹਿਲਾਂ ਸਾਖੀਆਂ ਸੁਣਾਇ ਕਰਦੇ ਸੀ ਜਿਹੜਾ ਸਿੱਖ ਇਤਿਹਾਸ ਹੈ ਗੁਰੂ ਸਾਹਿਬ ਦੀਆਂ ਸਾਖੀਆਂ ਵੀ ਗੁਰੂ ਸਾਹਿਬ ਦੇ ਜਿਹੜੇ ਸਮੇਂ ਆਇਆ ਗੁਰੂ ਸਾਹਿਬ ਦੇ ਸਮੇਂ ਆ ਘਟਨਾ ਵਾਪਰੀ ਉਹ ਸਾਖੀ ਚੱਲਦੀ ਸੀ ਜਿਵੇਂ ਅੰਗਰੇਜ਼ੀ ਜੀ ਨੂੰ ਸਟੋਰੀ ਟੈਲਰ ਕਹਿੰਦੇ ਆ ਸੋ ਸਾਖੀ ਜਿਹੜੀ ਹੈਗੀ ਇਹ ਕਹਾਣੀ ਕਹਿੰ ਲੋ ਸਾਖੀ ਉਹ ਸੁਣਾਏਗੀ ਤੇ ਮਨਤ ਬਹੁਤ-ਬਹੁਤ ਮੈਨੂੰ ਵੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਮੈਨੂੰ ਇਸ ਕਰਕੇ ਖੁਸ਼ੀ ਹੋਈ ਵੀ ਕੋਈ ਨਿਆਣਾ ਬਾਹਰ ਜਾ ਕੇ ਇੰਨੀ ਠੇੜ ਪੰਜਾਬੀ ਬੋਲਦਾ ਨਹੀਂ ਤਾਂ ਇੱਥੇ ਸਾਰਾ ਦਿਨ ਮੈਂ ਬਸ ਲੜਦਾ ਫਿਰ ਜੰਨਾ ਲੋਕਾਂ ਨਾਲ ਸੋ ਬਈ ਜਿਨ੍ਹਾਂ ਨੇ ਵੀ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਤੇ ਮੈਂ ਜਿਹੜੀ ਗੱਲਾਂ ਕਹੀਆਂ ਬਹੁਤ ਸਾਰੇ ਬੰਦਿਆਂ ਨੂੰ ਚੰਗੀਆਂ ਵੀ ਨਹੀਂ ਲੱਗਣੀਆਂ ਪਰ ਮੈਂ ਜਿਹੜੇ ਕਹਿ ਰਿਹਾ ਮੇਰਾ ਤਜਰਬਾ ਹੈ ਤੇ ਮੈਂ ਇੱਥੇ ਮੈਨੂੰ ਯਾਦ ਆਉਂਦਾ ਇੱਕ ਦਿਨ ਮੈਂ ਸਕੂਲ ਚ ਗਿਆ ਪ੍ਰਾਈਵੇਟ ਸਕੂਲ ਤਾਂ ਤੇ ਮੈਂ ਤਾਂ ਪੰਜਾਬੀ ਸਿੱਧੀ ਬੋਲ ਰਿਹਾ ਕਿ ਮਨਤ ਨੂੰ ਵੀ ਸਿੱਧੀ ਸਮਝ ਆਵੇ ਤੇ ਸਕੂਲ ਚ ਗਿਆ ਤੇ ਉੱਥੇ ਸਰਦਾਰ ਬੰਦਾ ਨਾ ਹਿੰਦੀ ਚ ਗੱਲ ਕਰ ਰਿਹਾ ਸੀ ਫੋਨ ਤੇ ਮੈਂ ਕਿਹਾ ਕੋਈ ਗੱਲ ਨਹੀਂ ਬੋਲੀ ਕੋਈ ਵੀ ਅਸੀਂ ਕਿਸੇ ਬੋਲੀ ਦੇ ਖਿਲਾਫ ਨਹੀਂ ਵੀ ਹੋ ਸਕਦਾ ਬਾਹਰ ਕਿਤੇ ਯੂਪੀ ਬਿਹਾਰ ਚ ਫੋਨ ਕਰ ਰਿਹਾ ਹੋਵੇਗਾ ਉਹਨੇ ਫੋਨ ਰੱਖਿਆ ਤੇ ਮੈਨੂੰ ਜਿਹੜੀ ਗੱਲ ਆਪੇ ਦੱਸੀ ਉਹਨੇ ਕੀ ਕਹਿੰਦਾ ਪਤਾ ਉਹ ਕਹਿੰਦਾ ਇਹ ਫੋਨ ਉਹ ਪਿੰਡ ਚ ਸਕੂਲ ਸੀ ਇਹ ਫੋਨ ਕਹਿੰਦਾ ਯੂਪੀ ਬਿਹਾਰ ਤੋਂ ਨਹੀਂ ਸੀ ਇਹ ਫੋਨ ਇੱਥੋਂ ਹੀ ਜਿਹੜੇ ਨਿਆਣੇ ਪੜ੍ਹਦੇ ਆ ਸਰਦਾਰਾਂ ਦੇ ਪਿੰਡਾਂ ਦੇ ਉਹਨਾਂ ਦੇ ਮਾਪੇ ਉਹਦਾ ਫੋਨ ਸੀ ਮੈਂ ਕਿਹਾ ਹਿੰਦੀ ਕਹਿੰਦਾ ਉਹ ਕਹਿੰਦੇ ਜੀ ਤੂੰ ਸਾਡੇ ਨਾਲ ਹਿੰਦੀ ਚ ਨਹੀਂ ਬੋਲੇਗਾ ਪੰਜਾਬੀ ਚ ਬੋਲੇਗਾ ਤਾਸੀ ਆਪਣਾ ਨਿਆਣਾ ਹਟਾ ਕੇ ਰਾਜ ਪਰੇ ਲਾਵਾਂਗੇ ਹੈ ਉਹ ਅੰਗਰੇਜ਼ੀ ਸਕੂਲ ਤੂੰ ਪੰਜਾਬੀ ਚ ਨਹੀਂ ਬੋਲਣਾ ਇਹ ਮਾਪੇ ਕਹਿੰਦੇ ਐ ਤੇ ਖੈਰ ਬਹੁਤ ਚੰਗਾ ਲੱਗਿਆ ਬਹੁਤ ਖੁਸ਼ੀ ਹੈ ਕਿ ਮਹਾਰਾਜ ਸਾਡੇ ਤੇ ਕਿਰਪਾ ਕਰਨ ਮੈਂ ਤਾਂ ਕਹਿਣਾ ਗੁਰੂ ਸਾਹਿਬ ਦਾ ਸ਼ਬਦ ਹੈ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਖੱਤਰੀਆ ਤਾਂ ਧਰਮ ਛੋੜਿਆ ਮਲੇਸ਼ ਮਲ ਪਾਖਿਆ ਗਹੀ ਜਦੋਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਮੇਂ ਨਾ ਖੱਤਰੀ ਫਾਰਸੀ ਬੋਲੀ ਸੀ ਰਾਜਿਆਂ ਦੀ ਫਾਰਸੀ ਬੋਲਣ ਲੱਗ ਗਏ ਸੀ ਆਪਣੀ ਬੋਲੀ ਛੱਡ ਪਹਿਲਾਂ ਕਹਿੰਦੇ ਸੀ ਕਿ ਫਾਰਸੀ ਮਲੇਸ਼ਾਂ ਦੀ ਜਮਾਨ ਹੈ ਫਿਰ ਉਹ ਆਪ ਫਾਰਸੀ ਬੋਲਣ ਲੱਗ ਗਏ ਤੇ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਤਾਂ ਮਲੇਸ਼ਾਂ ਵਾਲਾ ਕੰਮ ਕਰਤਾ ਪਹਿਲਾਂ ਮਲੇਸ਼ ਕਹਿੰਦੇ ਸੀਗੇ ਤੇ ਹੁਣ ਆਪਣੀ ਬੋਲੀ ਛੱਡ ਗਏ ਇਸ ਤੋਂ ਘਟੀਏ ਕੋਈ ਗੱਲ ਨਹੀਂ ਸੋ ਇਸ ਤੋਂ ਚੰਗੀ ਕੋਈ ਗੱਲ ਨਹੀਂ ਵੀ ਅਸੀਂ ਆਪਣੀ ਮਾਂ ਬੋਲੀ ਨੂੰ ਹਮੇਸ਼ਾ ਆਪਣੇ ਸਰ ਦੇ ਉੱਤੇ ਸਿਰਕਾ ਪਈਏ ਬਿਲਕੁਲ ਸੋ ਜਿੰਨਾਂ ਨੇ ਵੀ ਅੱਜ ਮਾਨੂੰ ਸੁਣਿਆ ਮੈਂ ਇੱਕ ਵਾਰ ਫੇਰ ਆਪਣੀ ਬੋਲੀ ਦੇ ਵਿੱਚ ਬੋਲਾਂ ਤੇ ਉਹਨਾਂ ਸਾਰਿਆਂ ਦਾ ਬਹੁਤ ਸ਼ੁਕਰਾਨਾ ਤੇ ਗੁੱਡੀ ਮੰਨਤਕੌਰ ਮਾਨੂੰ ਮਾਰੇ ਜਿਹੜੇ ਨਿਆਣੇ ਸਕੂਲਾਂ ਪੜ ਰਹੇ ਉਹਨਾਂ ਨੂੰ ਕਹਾਣੀਆਂ ਸੁਣਾਏਗੀ ਬਾਤਾਂ ਕਰੇਗੀ ਤੇ ਕਮਾਲ ਹੋਏਗਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ